ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 4 ਹਰ 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 ਨਾਮ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਅੰਗ 1300 13 ਤੋਂ ਸਹਿਜ ਪਾਠ ਸੰਸਥਾ ਦੀ ਪ੍ਰారంਭਤਾ ਹੋ ਰਹੀ ਹੈ ਕਾਨੜਾ ਰਾਗ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਆਪਾਂ ਸਰਵਣ ਕਰ ਰਹੇ ਹਾਂ ਇੱਕ ਪੌੜੀ ਵਾਰ ਦੀ ਸ਼ਲੋਕਾਂ ਦੇ ਸਮੇਤ ਸਰਵਣ ਕੀਤੀ ਹੈ ਸ਼ਲੋਕ ਮਹੱਲਾ ਚੌਥਾ ਚਪੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਹਰ 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 ਨਾਮ ਹੈ ਚਾਰਾਂ ਹਰ ਆਇਆ ਈ ਪੀ ਜੋ ਸਾਰਿਆਂ ਨੂੰ ਹਰ ਹਰੇ ਪਰੇ ਕਰਨ ਵਾਲਾ ਸਭ ਦੇ ਪਾਪਾਂ ਦਾ ਹਰਕ ਸਭ ਦੇ ਸੰਸੇ ਚਿੰਤਾ ਫਿਕਰ ਨੂੰ ਨਾਸ ਕਰਨ ਹਾਰਾ ਹਰ ਨਾਮ ਹੈ ਹਰੀ ਪਰਮੇਸ਼ਰ ਦਾ ਨਾਮ ਹੈ ਭਾਈ ਗੁਰਮੁਖ ਪਾਵੇ ਕੋਈ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਕੋਈ ਗੁਰਮੁਖ ਬਣ ਕੇ ਗੁਰੂ ਸਾਹਿਬ ਦੁਆਰਾ ਅਧਿਕਾਰੀ ਸੇਖੀ ਪਾਵੇ ਪਉਂਦਾ ਪ੍ਰਾਪਤ ਕਰ ਸਕਦਾ ਏ ਹਉ ਮੈਂ ਮਮਤਾ ਨਾਸ ਹੋਏ ਜੇ ਕੋਈ ਆਖੇ ਵੀ ਇਹ ਨਾਮ ਦਾ ਲਾਭ ਕੀ ਹੈ ਸਾਬ ਕਹਿੰਦੇ ਵੀ ਨਾਮ ਦਾ ਪ੍ਰਤਾਪ ਐਸਾ ਏ ਵੀ ਹਉ ਮੈਂ ਹਮੇ ਹੰਗਤਾ ਦੇ ਮਮਤਾ ਪਦਾਰਥਾਂ ਦੀ ਮੇਰਾ ਮੇਰਾ ਤੇਰਾ ਇਹ ਜੋ ਵਖਵਾਦ ਪਾਉਣ ਵਾਲੀ ਸੋਚ ਐ ਹੰਕਾਰ ਵਾਲੀ ਨਾਸ ਹੋਏ ਤੇ ਨਾਸ ਨਸ਼ਟ ਹੋ ਜਾਂਦੀ ਮੁੱਕ ਜਾਂਦੀ ਏ ਦੁਰਮਤ ਕੱਢ ਧੋਏ ਕਿ ਵਾਹਿਗੁਰੂ ਦਾ ਨਾਮ ਜੋ ਦੁਰਨਾਮ ਹੈ ਭੈੜੇ ਦਾ ਮਤ ਨਾਮ ਹੈ ਅਕਲ ਦਾ ਪੀ ਜੋ ਭੈੜੀ ਅਕਲ ਹੈ ਮਾੜੀ ਸੋਚ ਹੈ ਜਿਵੇਂ ਧੋ ਕੇ ਕੱਪੜੇ ਜੋ ਮੈਲ ਕੱਢ ਦਈਦੀ ਹੈ ਇਵੇਂ ਵਾਹਿਗੁਰੂ ਦਾ ਨਾਮ ਕਿਉਂਕਿ ਅੰਦਰ ਤੇ ਕੋਈ ਸਾਬਣ ਨਹੀਂ ਨਾ ਜਾਵੇਗਾ ਅੰਦਰ ਦੇ ਵਾਸਤੇ ਨਾਮ ਵਰਤਣਾ ਪਉ ਤੇ ਵਾਹਿਗੁਰੂ ਦਾ ਨਾਮ ਜੋ ખોਟੀ ਮਤ ਹੈ ਉਹਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ ਭਾਵੇਂ ਇਹ ਵੀ ਮਤ ਨੂੰ ਸ਼ੁੱਧ ਕਰ ਦਿੰਦਾ ਏ ਨਾਨਕ ਅਨ ਦਿਨ ਗੁਣ ਉਚਰੈ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਵੀ ਉਹ ਪੁਰਖ ਨਾ ਆਨ ਦਿਨ ਰਾਤ ਦਿਨ ਮਨ ਬਾਣੀ ਸਰੀਰ ਕਰਕੇ ਗੁਣ ਉਚਰੈ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਦੇ ਹਨ ਜਿਨ ਕਾ ਧੁਰ ਲਿਖਿਆ ਹੋਏ ਜਿਨ ਕਉ ਜਿਨ੍ਹਾਂ ਦੇ ਤਾਂ ਹੀ ਕਹਿੰਦੇ ਧੁਰ ਲਿਖਿਆ ਹੋਏ ਧੁਰੋਂ ਹੀ ਆਦ ਤੋਂ ਹੀ ਦਰਗਾਹੋਂ ਹੀ ਪਰਮੇਸ਼ਰ ਨੇ ਨਾਮ ਜਪਣ ਦਾ ਗੁਣ ਗਾਉਣ ਦਾ ਲੇਖ ਲਿਖਿਆ ਹੋਏ ਹੁੰਦਾ ਏ ਮਹਲਾ ਚੌਥਾ ਹਰਿ ਆਪੇ ਆਪ ਦਿਆਲ ਹਰ ਚੌਥੇ ਪਾਤਸ਼ਾਹ ਕਹਿੰਦੇ ਵੀ ਹਰਿ ਆਪੇ ਹਰੀ ਪਰਮੇਸ਼ਰ ਜੋ ਹੈ ਨਾ ਹਰਿ ਆਪੇ ਆਪ ਉਹ ਹਰੀ ਵਾਹਿਗੁਰੂ ਸਭ ਕੁਝ ਆਪੇ ਆਪ ਹੀ ਹੈ ਜੀਵ ਰੂਪ ਈਸ਼ਵਰ ਰੂਪ ਦਿਆਲ ਹਰ ਤੇ ਆਪ ਹੀ ਗੁਰੂ ਰੂਪ ਹੋ ਕੇ ਹਰੀ ਹਰੀ ਪਰਮੇਸ਼ਰ ਦਿਆਲੂ ਹੈ ਦਿਆਲਤਾ ਕਰਨ ਵਾਲਾ ਏ ਆਪੇ ਕਰੇ ਸੋ ਹੋਏ ਆਪ ਹੀ ਜੋ ਵਾਹਿਗੁਰੂ ਕਰਦਾ ਹੈ ਮਾਇਆ ਸਭ ਲੋ ਕੇ ਜੀਵਾਂ ਦੇ ਅੰਦਰ ਵਸ ਕੇ ਪ੍ਰੇਰ ਕੇ ਸੋ ਹੋਏ ਉਹੀ ਹੋ ਰਿਹਾ ਉਹੀ ਹੁੰਦਾ ਏ ਹਰ ਆਪੇ ਆਪ ਵਰਤਦਾ ਹਰੀ ਪਰਮੇਸ਼ਰ ਆਪੇ ਆ ਵੀ ਲੋਕ ਪਰਲੋਕ ਵਿੱਚ ਵਰਤ ਰਿਹਾ ਹੈ ਮੌਜੂਦ ਹੈ ਹਰ ਜੇ ਵੱਡਾ ਵਰਨਾ ਕੋਈ ਸਾਧ ਸੰਗਤ ਹਰੀ ਦੇ ਜੇ ਵੱਡ ਜੇ ਜਿੱਡਾ ਵੱਡਾ ਦੋ ਸ਼ਬਦਾਂ ਦਾ ਮੇਲ ਹੈ ਜੇ ਵੱਡ ਵੀ ਹਰੀ ਪਰਮੇਸ਼ਰ ਦੇ ਬਰਾਬਰ ਦਾ ਵਾਹਿਗੁਰੂ ਦੇ ਜਿੱਡਾ ਵੱਡਾ ਜਗਤ ਵਿੱਚ ਹੋਰ ਕੋਈ ਨਹੀਂ ਹੈ ਜੋ ਹਰ ਪ੍ਰਭ ਭਾਵੈ ਸੋ ਥੀਐ ਇਹ ਵੀ ਗੱਲ ਪੱਲੇ ਬੰਨਣ ਵਾਲੀ ਹੈ ਵੀ ਜੋੜਾ ਕੁਝ ਹਰੀ ਸਮਰੱਥ ਪਰਮੇਸ਼ਰ ਨੂੰ ਭਾਵੇ ਪਾਉਂਦਾ ਹੈ ਨਾ ਚੌਥਾ ਜੁਗਾ ਦੇ ਵਿੱਚ ਸੋ ਥੀਆ ਉਹੀ ਹੁੰਦਾ ਹੈ ਪਿਛੇ ਹੁੰਦਾ ਆ ਹੁਣ ਹੋ ਰਿਹਾ ਅੱਗੇ ਨੂੰ ਵੀ ਉਹੀ ਹੋਵੇਗਾ ਜੋ ਹਰ ਪ੍ਰਭ ਕਰੇ ਸੋ ਹੋਏ ਜਿਹੜਾ ਕੁਝ ਵੀ ਹਰੀ ਪਰਮੇਸ਼ਰ ਕਰਦਾ ਹੈ ਤਿੰਨੇ ਕਾਲਾਂ ਦੇ ਵਿੱਚ ਉਹੀ ਹੁੰਦਾ ਹੈ ਤੇ ਹੋ ਕੇ ਰਹੇਗਾ ਕੋਈ ਉਸ ਕੰਮ ਨੂੰ ਰੋਕ ਸਕਦਾ ਜੋ ਮਾਲਕ ਕਰਨ ਤੇ ਆਉਂਦਾ ਏ ਦੁਨੀਆ ਦੀ ਕੋਈ ਸ਼ਕਤੀ ਨਹੀਂ ਰੋਕ ਸਕਦੀ ਉਹਨੂੰ ਵੱਡੇ ਵੱਡੇ ਜਿਹੜੇ ਦੇਸ਼ ਕਹਿੰਦੇ ਵੀ ਅਸੀਂ ਜਿਵੇਂ ਹਿੰਦੁਸਤਾਨ ਦਾ ਦਿਸਤਾਨ ਦੇ ਕੇ ਕਹਿੰਦੇ ਵੀ ਇਹਨਾਂ ਨੂੰ ਅਸੀਂ 100 ਸਾਲ ਲੱਗੇ ਆ 150 ਸਾਲ ਲੱਗੇ ਆ ਵੀ ਇੰਨੀ ਤਕਨੀਕ ਹੈ ਇੱਕ ਛੇਂਦੇ ਵਿੱਚ ਹੀ ਜਪਾਨ ਵਰਗੇ ਦੇਸ਼ਾਂ ਦੇ ਵਿੱਚ ਪਹਚਾਲ ਲਿਆ ਕੇ ਆਸਮਾਨ ਨੂੰ ਸੁੰਧੀਆਂ ਬਿਲਡਿੰਗਾਂ ਧਰਤੀ ਦੇ ਵਿੱਚ ਮੇਲ ਦਿੱਤੀਆਂ ਕਈ ਥਾਵਾਂ ਤੇ ਐਸੀਆਂ ਮਹਾਰਾਜ ਖੇਡਾਂ ਖੇਡਦਾ ਹੈ ਜੋ ਕੁਝ ਵਾਹਿਗੁਰੂ ਕਰਦਾ ਉਹੀ ਹੁੰਦਾ ਹੈ ਇਹ ਗੱਲ ਮੰਨਣੀ ਪਹੇਗੀ ਸਾਰਿਆਂ ਨੂੰ ਗੁਰੂ ਸਾਹਿਬ ਇਹੀ ਸਾਨੂੰ ਸਿੱਖਿਆ ਦੇ ਰਹੇ ਹਨ ਕੀਮਤ ਕਿਨਾਂ ਨਾ ਪਾਈਆ ਫਿਰ ਉਸ ਵਾਹਿਗੁਰੂ ਦਾ ਸਰੂਪ ਕਿੱਡਾ ਵੱਡਾ ਹੈ ਉਹਦੀ ਕੀਮਤ ਉਦਾ ਮੂਲ ਕਿਸੇ ਪਾਸੋਂ ਵੀ ਪਾਇਆ ਨਹੀਂ ਜਾ ਸਕਦਾ ਕੋਈ ਵਾਹਿਗੁਰੂ ਦੀ ਸ਼ਕਤੀ ਮਿਣ ਕੇ ਨਹੀਂ ਦੱਸ ਸਕਦਾ ਬੇਅੰਤ ਪ੍ਰਭੂ ਹਰ ਸੋਏ ਕਿਉਂਕਿ ਸੋਏ ਹੋ ਹਰੀ ਪ੍ਰਭੂ ਪਰਮੇਸ਼ਰ ਬੇਅੰਤ ਅੰਤ ਤੋਂ ਰਹਿਤ ਸਰੂਪ ਹੈ ਨਾਨਕ ਗੁਰਮੁਖ ਹਰਿ ਸਲਾਹਿਆ ਚੌਥੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਬਣ ਕੇ ਦੇ ਗੁਰਾਂ ਦੁਆਰਾ ਜਿਨ੍ਹਾਂ ਨੇ ਹਰ ਪਰਮੇਸ਼ਰ ਨੂੰ ਸਲਾਹਣਾ ਕੀਤਾ ਹੈ ਤਨ ਮਨ ਸੀਤਲ ਹੋਏ ਉਹਨਾਂ ਦਾ ਤਨ ਸਰੀਰ ਤੇ ਮਨ ਚਿੱਤ ਵਾਸਨਾ ਤੋਂ ਰਹਿਤ ਹੋ ਕੇ ਸੀਤਲ ਹੋਏ ਸੀਤਲ ਠੰਡਾ ਠਾਰ ਹੋ ਜਾਂਦਾ ਏ ਪੌੜੀ ਸਭ ਜੋਤ ਤੇਰੀ ਜਗ ਜੀਵਨ ਮਹਾਰਾਜ ਚੌਥੇ ਪਾਦਸ਼ਾ ਪੌੜੀ ਵਾਰ ਉਚਾਰਦੇ ਨੇ ਵੀ ਇਹ ਜਗਤ ਦੇ ਜੀਵਨ ਰੂਪ ਪਰਮੇਸ਼ਰ ਹੈ ਬ੍ਰਹਮ ਸਭ ਜੋਤ ਤੇਰੀ ਸਾਰਿਆਂ ਦੀ ਤੇਰੀ ਹੀ ਜੋਤ ਵਰਤਰੀ ਤੂੰ ਹੀ ਪ੍ਰਕਾਸ਼ ਕਰ ਰਿਹਾ ਹੈ ਤੂੰ ਘਾਟ ਘਾਟ ਹਰ ਰੰਗ ਰੰਗਣਾ ਤੂ ਟਿੱਪੀ ਤੋ ਰਹ ਦ ਫੇਰ ਪੜੋ ਤੂ ਘਾਟ ਘਾਟ ਹਰ ਰੰਗ ਰੰਗਣਾ ਤੂ ਘਟ ਘਟ ਹਰ ਰੰਗ ਰੰਗਣਾ ਏ ਮਹਾਰਾਜ ਤੂੰ ਘਟਾਂ ਘਡਾਂ ਵਿੱਚ ਹੈ ਚੌਂ ਆ ਖਾਣੀਆਂ ਦੇ ਘਟਾਂ ਘਟਾਂ ਦੇ ਵਿੱਚ ਸਾਰਿਆਂ ਘਟਾਂ ਸਰੀਰਾਂ ਦੇ ਵਿੱਚ ਵਿਆਪਕ ਹੈ ਹਰੀ ਮਹਾਰਾਜ ਹਰ ਰੰਗ ਰੰਗਨ ਤੇ 파ਸ਼ਾ ਤੂੰ ਹਰ ਪ੍ਰਕਾਰ ਦੇ ਜਿਹੜੇ ਰੰਗ ਰੂਪ ਹਨ ਉਹਨਾਂ ਵਿੱਚ ਰੰਗਨਾਂ ਰੰਗਿਆ ਹੋਇਆ ਹੈ ਜਾਂ ਹੇ ਮਹਾਰਾਜ ਰੰਗ ਰੰਗਨ ਤੂੰ ਉਸ ਜੀਵਾਂ ਨੂੰ ਆਪਣੇ ਨਾਮ ਦੇ ਰੰਗ ਦੇ ਵਿੱਚ ਰੰਗਣ ਵਾਲਾ ਹੈ ਸਭ ਧਿਆਵਹ ਤੁਦ ਮੇਰੇ ਪ੍ਰੀਤਮ ਸਭ ਧਿਆਵਹ ਸਿਹਾਰੀ ਐ ਨਾ ਸਭ ਧਿਆਵਹ ਤੁਦ ਮੇਰੇ ਪ੍ਰੀਤਮ ਏ ਮੇਰੇ ਪ੍ਰੀਤਮ ਪ੍ਰੇਅ ਆਤਮਾ ਆਤਮਾ ਤੂੰ ਵੀ ਪਿਆਰੇ ਜਿੰਦ ਜਾਣ ਤੋਂ ਵੀ ਸੋਹਣੇ ਸਾਹਿਬ ਸਾਰੇ ਤੈਨੂੰ ਧਿਆਉਂਦੇ ਹਨ ਧੋ ਸਤ ਸਤ ਪੁਰਖ ਨਿਰੰਜਨਾ ਤੂੰ ਸਤ ਸਤ ਪੁਰਖ ਨਿਰੰਜਨਾ हे निरंजन माया दी ਕਾਲਖ ਤੋਂ ਰਹਿ ਸੁਧ ਸਰੂਪ ਪਰਮੇਸ਼ਰ ਤੂੰ ਪੁਰਖ ਸਾਰੇ ਥਾਵਾਂ ਦੇ ਪਰੀਪੂਰਨ ਹੈ ਫਿਰ ਮਹਾਰਾਜ ਤੂੰ ਸਤ ਤਿੰਨੇ ਕਾਲਾਂ ਦੇ ਵਿੱਚ ਸਤਾਂ ਸਤ ਹੈ ਪਾਪ ਕੇ ਤ੍ਰਹਿ ਕਾਲ ਆਬਾਦ ਰੂਪ ਹੈ ਨਾਸ ਤੋਂ ਰਹਿਤ ਹੈ ਅਤੇ ਸਤ ਫਿਰ ਸੱਚ ਸਰੂਪ ਹੈ ਕਿਉਂਕਿ ਜਦੋਂ ਤੇਰਾ ਨਾਸ਼ ਨਹੀਂ ਹੁੰਦਾ ਤੇਰਾ ਸਰੂਪ ਸਦਾ ਰਹਿਣ ਵਾਲਾ ਏ ਇੱਕ ਦਾਤਾ ਸਭ ਜਗਤ ਪਿਖਾਰੀਆ ਇਹ ਮਹਾਰਾਜ ਇੱਕ ਤੂੰ ਦਾਤਾ ਦਤਾਰ ਹੈ ਦਾਤਾ ਦੇਣ ਵਾਲਾ ਸਭ ਜਗਤ ਪਿਖਾਰੀਆ ਹੋਰ ਸਾਰਾ ਹੀ ਜਗਤ ਤੇਰੇ ਦਰ ਦਾ ਪਿਖਾਰੀਆ ਪਿਖਾਰੀ ਮੰਗਤਾ ਏ ਹਰ ਜੱਜ ਹੈ ਸਭ ਮੰਗ ਮੰਗਣਾ ਇਹ ਹਰੀ ਮਹਾਰਾਜ ਸਭ ਜੱਜ ਹੈ ਵਾਹਿਗੁਰੂ ਹਰ ਜੱਤ ਹੈ ਸਭ ਏ ਮਹਾਰਾਜ ਸਾਰੇ ਜੀਵ ਜੱਤ ਹੈ ਮੰਗਦੇ ਨੇ ਮੰਗ ਮੰਗਣਾ ਹਰ ਇੱਕ ਦੀ ਜਿਹੋ ਜੀ ਕੋਈ ਮੰਗ ਹੈ ਉਹ ਮੰਗਣ ਵਾਲੇ ਹੋ ਕੇ ਤੇਰੇ ਪਾਸੋਂ ਮਹਾਰਾਜ ਜੀ ਮੰਗਣਾ ਮੰਗਦੇ ਹਨ ਸੇਵਕ ਠਾਕੁਰ <table> ਜਿਹੋ ਜੀ ਕਿਸੇ ਦੀ ਲੋੜ ਹੁੰਦੀ ਤੇਰੇ ਕੋਲ ਮੰਗਦੇ ਹਨ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਵਾਹਿਗੁਰੂ ਜੀਓ ਤੂੰ ਹੈ ਤੂੰ ਆ ਵੀ ਸੇਵਕ ਰੂਪ ਹੈ ਦਾਸ ਤੇ ਤੂੰ ਹੈ ਤੂੰ ਆ ਵੀ ਸਭ ਠਾਕੁਰ ਮਹਾਰਾਜ ਸਾਰਿਆਂ ਦਾ ਸਵਾਮੀ ਈਸ਼ਰ ਰੂਪ ਹੈ ਗੁਰਮਤੀ ਹਰ ਚੰਗ ਚੰਗਨਾ ਗੁਰਮਤੀ ਹਰ ਚੰਗ ਚੰਗਨਾ हे ਮਹਾਰਾਜ ਗੁਰਮੁਖ ਜਨ ਜਿਹੜੇ ਨੇ ਉਹਨਾਂ ਨੇ ਗੁਰਮਤ ਦੁਆਰਾ ਚੰਗ ਚੰਗਨਾ ਤੇਨੂੰ ਚੰਗ ਚੰਗਨਾ ਭਲਿਆਂ ਤੋਂ ਭਲੇ ਨਿਚਾ ਕੀਤਾ ਹੈ ਜਿਹੜੇ ਗੁਰੂ ਦੀ ਮੱਤ ਤੇ ਚੱਲਦੇ ਨੇ ਮਹਾਰਾਜ ਉਹ ਚੰਗਿਆਂ ਤੋਂ ਚੰਗੇ ਜੀਵਨ ਵਾਲੇ ਹਨ ਸਭ ਕਹ ਮੁਖਹ ਰਖੀ ਕੇਸ ਹਰੇ ਰਖੀ ਕੇਸ ਹਰੇ ਰਖੀਕ ਈਸ ਇਹ ਦੋ ਲਫ਼ਜ਼ਾਂ ਦਾ ਸੰਖੇਪ ਹੈ ਰਖੀ ਕੇਸ ਇਹ ਸਾਧ ਸੰਗਤ ਰਖੀਕ ਕਹਿੰਦੇ ਨੇ ਇੰਦਰੀਆਂ ਨੂੰ ਤੇ ਕੇਸ ਦੇਥਾਂ ਈਸ ਲੈਣਾ ਈਸ ਭਗ ਮਾਲਕ ਪੀ ਇੰਦਰੀਆਂ ਦਾ ਈਸ਼ੀਸ਼ਵਰ ਜਿਹੜੇ ਸਾਡੇ ਇੰਦਰੇ ਨੇ ਜਿਵੇਂ ਅੱਖਾਂ ਵੇਖ ਰਹੀਆਂ ਕੰਨ ਸੁਣ ਰਹੇ ਨੇ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਇਹਨਾਂ ਦਾ ਮਾਲਕ ਇਹਨਾਂ ਨੂੰ ਸ਼ਕਤੀ ਦੇਣ ਵਾਲਾ ਵਾਹਿਗੁਰੂ ਜੋ ਹੈ ਸਭ ਕਹੋ ਮੁਖੋ ਓਏ ਭਾਈ ਆਪਣੇ ਮੁਖੋਂ ਸਾਰੇ ਹੀ ਕਹੋ ਸੁ ਵਾਹਿਗੁਰੂ ਦੇ ਜਸ ਨੂੰ ਕਥਨ ਕਰੋ ਰਿਖੀ ਕੇਸ ਹਰੇ ਜੋ ਇੰਦਰੀਆਂ ਦਾ ਈਸ਼ਰ ਮਾਲਕ ਹਰੀ ਪਰਮੇਸ਼ਰ ਹੈ ਜੋ ਇੰਦਰੀਆਂ ਦਾ ਮਾਲਕ ਹਰੀ ਪਰਮੇਸ਼ਰ ਈਸ਼ਰ ਹੈ ਉਸ ਮਾਲਕ ਦੇ ਗੁਣਾਂ ਨੂੰ ਉਹਦੇ ਨਾਮ ਨੂੰ ਜਪਨਾ ਕਰੋ ਜਿਤ ਪਾਵਹਿ ਸਭ ਫਲ ਫਲਣਾ ਜਿਤ ਪਾਵਹਿ ਸਭ ਫਲ ਫਲਣਾ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਸਭ ਸਾਰਿਆਂ ਧਰਮ ਅਰਥ ਕਾਮੋ ਖਾਦਕ ਜੋ ਫਲ ਨੇ ਉਹਨਾਂ ਫਲਾਂ ਦਾ ਫਲਣਾ ਵਧਣਾ ਫੁੱਲਣਾ ਪਾਵੋਗੇ ਤਾਪ ਜਿਸ ਵਾਹਿਗੁਰੂ ਕੋ ਲੋ ਮੂਹੰਗੇ ਫਲ ਪ੍ਰਾਪਤ ਕਰਕੇ ਜੀਵ ਫਲਨਾ ਵੱਧਦੇ ਫੁੱਲਦੇ ਹਨ ਸਲੋਕ ਮਹਲਾ ਚੌਥਾ ਹਰ ਹਰ ਨਾਮ ਧਿਆਏ ਮਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਪੀ ਹੇ ਭਾਈ ਆਪਣੇ ਮਨ ਚਿੱਤ ਦੇ ਅੰਦਰ ਹਰ ਹਰ ਨਾਮ ਧਿਆਏ ਮਨ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਹਰ ਦਰਗਹਿ ਪਾਵਹਿ ਮਾਨ ਵੀਰ ਕੀ ਹੋਵੇਗਾ ਕਹਿੰਦੇ ਹਰੀ ਪਰਮੇਸ਼ਰ ਜੀ ਜੋ ਦਰਗਾਹ ਹੈ ਨਿਆਇ ਸਭਾ ਉਹਦੇ ਵਿੱਚ ਮਾਨਸੁਧਕਾਰ ਆਦਰ ਪਾਵਹਿ ਪਾਉਣਾ ਕਰੇਗਾ ਜੋ ਇੱਛੇ ਸੋ ਫਲ ਪਾਏਸੀ ਫਿਰ ਤਦ ਤੂੰ ਜੋ ਇੱਛਾ ਹੈ ਜੋ ਜਿਹੜੀ ਵੀ ਇੱਛਾ ਕਰੇਗਾ ਸੋ ਫਲ ਪਾਏਸੀ ਉਹੀ ਫਲ ਪ੍ਰਾਪਤ ਕਰ ਲਵੇਗਾ ਗੁਰ ਸ਼ਬਦੀ ਲੱਗੇ ਧਿਆਨ ਪਰ ਇਹ ਉਦੋਂ ਹੀ ਹੋਵੇਗਾ ਹੈ ਭਾਈ ਜਦ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰਕੇ ਤੇਰਾ ਵਾਹਿਗੁਰੂ ਦੇ ਧਿਆਨ ਲੱਗ ਜਾਵੇਗਾ ਕਿਲ ਵਿਖ ਪਾਪ ਸਭ ਕੱਟੀਏ ਇਹ ਨਾਮ ਦਾ ਸਦਕਾ ਧਿਆਨ ਦੁਆਰਾ ਕਿਲਵਿਖ ਪਾਪ ਕਿਲਵਿਖ ਵੀ ਪਾਪਾਂ ਨੂੰ ਕਹਿੰਦੇ ਨੇ ਤੇ ਪਾਪ ਦੋ ਸ਼ਬਦ ਆ ਗਏ ਇੱਥੇ ਭਾਵ ਇਹ ਆ ਵੀ ਚਾਰ ਪ੍ਰਕਾਰ ਦੇ ਜਿਹੜੇ ਕਿਲਵਿਖ ਘੋਰ ਪਾਪ ਹਨ ਅਦੇ ਪਾਪ ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪ ਜਿੰਨੇ ਵੀ ਹਨ ਸਭ ਕੱਟੀਅ ਹੈ ਸਾਰੇ ਕੱਟੇ ਜਾਂਦੇ ਨਾਸ ਹੋ ਜਾਂਦੇ ਨੇ ਹਉ ਮੈਂ ਚੁੱਕੈ ਗਮਾਨ ਹਉ ਮੈਂ ਚੁੱਕੈ ਗਮਾਨ ਤੇ ਅੰਦਰੋਂ ਦੇ ਦੀ ਹਉਮੈ ਹੰਕਤਾ ਦੇ ਗੁਣਾਂ ਦਾ ਗੁਮਾਨ ਹੰਕਾਰ ਵੀ ਚੁੱਕਿਆ ਜਾਂਦਾ ਏ ਗੁਰਮੁਖ ਕਮਲ ਵਿਗਸਿਆ ਇਹ ਭਾਈ ਜਿਹੜੇ ਗੁਰਮੁਖ ਬਣ ਗਏ ਨੇ ਗੁਰੂ ਸਾਹਿਬ ਦੇ ਅਨੁਸਾਰੀ ਸਿੱਖ ਉਹਨਾਂ ਦਾ ਗੁਰਾਂ ਦੁਆਰਾ ਰਿਦਾ ਰੂਪੀ ਕਮਲ ਦਾ ਫੁੱਲ ਖੇੜ ਆਇਆ ਹੈ ਜਿਵੇਂ ਸੂਰਜ ਨੂੰ ਵੇਖ ਕੇ ਕੌਲ ਖੇੜਦਾ ਐਵੇਂ ਉਹਨਾਂ ਦਾ ਹਿਰਦਾ ਸਤ ਸੰਤੋਖ ਦਇਆ ਧਰਮਾਦਿਕ ਗੁਣਾ ਦੇ ਸਹਿਦ ਸੁਭ ਗੁਣਾ ਰੂਪੀ ਪੰਖੜੀਆਂ ਨਾਲ ਖੇੜ ਆਇਏ ਜਿਹੜੇ ਹਿਰਦੇ ਦੇ ਸ਼ੋਭ ਗੋਣ ਵਸਣੇ ਨੇ ਇਹੀ ਪੰਖੜੀਆਂ ਹਨ ਕਮਲ ਹਿਰਦੇ ਦੀਆਂ ਸਭ ਆਤਮ ਬ੍ਰਹਮ ਪਛਾਨ ਉਹਨਾਂ ਨੇ ਸਭ ਸਾਰਿਆਂ ਵਿੱਚ ਹੀ ਬ੍ਰਹਮ ਆਤਮਾ ਜੋ ਹੈ ਭਵ ਵਿਆਪਕ ਹੋ ਰਿਹਾ ਜੋ ਆਤਮਾ ਰੂਪ ਹੋ ਕੇ ਪਰਮੇਸ਼ਰ ਉਹਨੂੰ ਪਛਾਣ ਲਿਆ ਸਿਆਣ ਲਿਆ ਵਸਦਾ ਹਰ ਹਰ ਕਿਰਪਾ ਧਾਰ ਪ੍ਰਭ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਪਾਪਾਂ ਦੇ ਹਾਰਕ ਹਰੀ ਪਰਮੇਸ਼ਰ ਕਿਰਪਾ ਧਾਰ ਪ੍ਰਭ ਜੇ ਨਾ ਪਿਆਰਿਆਂ ਦੇ ਆਪਣੀ ਕਿਰਪਾ ਮੇਰ ਦਇਆ ਦ੍ਰਿਸ਼ਟੀ ਧਾਰਨ ਕੀਤੀ ਹੈ ਜਨ ਨਾਨਕ ਜਪ ਹਰ ਨਾਮ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਪਿਆਰੇ ਜਨ ਤੇਰੇ ਨਾਮ ਨੂੰ ਜਪਦੇ ਨੇ ਜਨ ਦੂਜਾ ਭਾਵ ਹੈ ਫਿਰ ਪੜਿਓ ਹਰ ਹਰ ਕਿਰਪਾ ਧਾਰ ਪ੍ਰਭ ਏ ਹਰੀ ਪਰਮੇਸ਼ਰ ਸਾਡੇ ਤੇ ਦਾਸਾਂ ਤੇ ਕਿਰਪਾ ਦ੍ਰਿਸ਼ਟੀ ਧਾਰੋ ਇਧਰ ਮੇਰ ਦੀ ਨਿਗਾ ਨਾਲ ਵੇਖੋ ਜਨ ਨਾਨਕ ਜਪ ਹਰ ਨਾਮ ਤਾਂਗੇ ਮਹਾਰਾਜ ਸਾਹਿਬ ਜੀ ਮੈਂ ਆਪਦੇ ਨਾਮ ਅਮਰਤ ਨੂੰ ਜਪਣਾ ਕਰਾਂ ਤੇ ਪਾਰਿਓ ਤਾਰਾ ਹੋ ਜਾਵੇ ਮੇਰਾ ਮਹਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਇਹ ਭਾਈ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਰ ਹਰ ਪਰਮੇਸ਼ਰ ਦਾ ਨਾਮ ਪਵਿੱਤਰ ਹੈ ਸਭ ਸਾਧਨਾ ਨਾਲ ਜਿਹੜਾ ਨਾਮ ਜਪਦਾ ਏ ਉਹ ਵੀ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਏ ਨਾਮ ਜਪਤ ਦੁੱਖ ਜਾਏ ਕਿਉਂਕਿ ਵਾਹਿਗੁਰੂ ਦਾ ਨਾਮ ਜਪਣ ਕਰਕੇ ਜੰਮਣ ਮਰਨ ਦੇ ਸਹਤ ਹਰ ਤਰ੍ਹਾਂ ਦਾ ਦੁੱਖ ਚਲਿਆ ਜਾਂਦਾ ਏ ਜਿਨ ਕਾ ਪੂਰਬ ਲਿਖਿਆ ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਗੁਰਾਂ ਦੀ ਪ੍ਰਾਪਤੀ ਦਾ ਲੇਖ ਲਿਖ ਦਿੰਦਾ ਹੈ ਮਨ ਵਿੱਚ ਮੱਥੇ ਦੇ ਉੱਪਰ ਤਿੰਨ ਮਨ ਵਸਿਆ ਏ ਉਹਨਾਂ ਦੇ ਹੀ ਇਸ ਮਨੁੱਖਾ ਜਨਮ ਅੰਦਰ ਮਨ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਵਸ ਗਿਆ ਏ ਸਤ ਗੁਰ ਕੈ ਭਾਣੈ ਜੋ ਚੱਲੈ ਜਿਹੜੇ ਗੁਰਸਿੱਖ ਸੱਚੇ ਗੁਰੂ ਸਾਹਿਬ ਜੀ ਦੇ ਭਾਣੇ ਚ ਮਹਾਰਾਜ ਦੀ ਆਗਿਆ ਚ ਰਜਾ ਦੇ ਵਿੱਚ ਚੱਲਦੇ ਨੇ ਜਿਹੜੇ ਮਹਾਰਾਜ ਸਾਹਿਬ ਦੀ ਰਜਾ ਵਿੱਚ ਰਾਜੀ ਰਹਿਣਗੇ ਤਿੰਨ ਦਾਲਦ ਦੁੱਖ ਲੈ ਜਾਏ ਉਹਨਾਂ ਦਾ ਮਹਾਰਾਜ ਕਹਿੰਦੇ ਵੀ ਅਵਿਦਿਆ ਰੂਪੀ ਦਾਲਦ ਦਲੇਦਰ ਜਾਂ ਗਰੀਬੀ ਦਾ ਦਲੇਦਰ ਜੰਮਣ ਮਰਨ ਦਾ ਦੁੱਖ ਕਸ਼ਟ ਲੈ ਜਾਵੇਗਾ ਆਪਣੇ ਭਾਣੇ ਕਿਨਾਂ ਨਾ ਪਾਈ ਇਹ ਗੱਲ ਪਲਨੇ ਬਨੋ ਵੀ ਆਪ ਆਪਣੇ ਭਾਣ ਆਪਣਾ ਭਾਣਾ ਹੁੰਦਾ ਵੀ ਆਪਣੇ ਮਨ ਦੀਆਂ ਮਰਜ਼ੀਆਂ ਕਰਕੇ ਖੁਦ ਪਸੰਦੀ ਵਾਲੇ ਸੁਭਾਅ ਚੱਲਣੇ ਕਰਕੇ ਕਨੇ ਨਾ ਪਾਇਓ ਕਹਿੰਦੇ ਵੀ ਉਹ ਜਿਹੜੇ ਪੁਰਖ ਆਪਣੀ ਮਨਮਤ ਕਰਦੇ ਰਹੇ ਉਹਨਾਂ ਨੇ ਕਿਸੇ ਨੇ ਵੀ ਵਾਹਿਗੁਰੂ ਨੂੰ ਨਹੀਂ ਪਾਉਣਾ ਕੀਤਾ ਜਨ ਵੇਖੋ ਮਨਪਤੀ ਆਏ ਮਹਾਰਾਜ ਕਹਿੰਦੇ ਹੈ ਜਨ ਪੁਰਖੋ ਸੰਤ ਜਨੋ ਪਿਆਰਿਓ ਵੇਖੋ ਮਨਪਤੀ ਆਏ ਆਪਣੇ ਮਨ ਹਿਰਦੇ ਚ ਪਤੀ ਆਏ ਪ੍ਰਤੀਤ ਭਰੋਸਾ ਕਰਕੇ ਅਜਮਾਇਸ਼ ਕਰਕੇ ਵੇਖ ਲਓ ਪਿਛੇ ਝਾਤ ਮਾਰੋ ਗੁਰਬਾਣੀ ਪੜੋ ਇਤਿਹਾਸ ਵੇਖੋ ਜੁਗਾਂ ਦਾ ਪੀ ਜਿਹੜਾ ਵੀ ਪ੍ਰਾਪਤ ਕਰੇ ਜਿਨੇ ਵੀ ਵਾਹਿਗੁਰੂ ਦੀ ਖੁਸ਼ੀ ਲਈ ਪ੍ਰਾਪਤ ਕੀਤਾ ਹੈ ਉਹ ਗੁਰੂ ਦੀ ਰਜਾ ਵਿੱਚ ਰਾਜੀ ਰਹਿ ਕੇ ਗੁਰੂ ਦੀ ਮਰਜ਼ੀ ਅਨੁਸਾਰ ਹੀ ਉਨੇ ਸਭ ਕੁਝ ਪਾਇਆ ਹੈ ਮਨ ਮਰਜ਼ੀਆਂ ਵਾਲੇ ਸਦਾ ਹੀ ਧੱਕੇ ਖਾਂਦੇ ਰਹੇ ਹਨ ਜਨ ਨਾਨਕ ਦਾਸਨ ਦਾਸ ਹੈ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਜਨ ਦਾਸ ਹਾਂ ਵਾਹਿਗੁਰੂ ਦੇ ਦਾਸਾਂ ਸੇਵਕਾਂ ਦਾ ਵੀ ਸੇਵਕ ਹਾਂ ਜੋ ਸਤ ਗੁਰੂ ਲਾਗੇ ਪਾਏ ਜਿਹੜੇ ਆ ਕੇ ਸਤ ਗੁਰੂ ਸਾਹਿਬ ਜੀ ਦੇ ਪায়ে ਚਰਨੀ ਲੱਗੇ ਹਨ ਭਾਵ ਗੁਰਾਂ ਦੀ ਮਹਾਰਾਜ ਦੀ ਸ਼ਰਣ ਵਿੱਚ ਪਏ ਨੇ ਜਿਹੜੇ ਉਹਨਾਂ ਸੇਵਕਾਂ ਦੇ ਵੀ ਅਸੀਂ ਸੇਵਕਾਂ ਭਾਈ ਪੌੜੀ ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ 1314 ਅੰਗ ਤੇ ਮਹਾਰਾਜ ਕਹਿੰਦੇ ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ हे ਰਜਨਹਾਰ ਕਰਤਾਰ ਤੂੰ ਆ ਵੀ ਸਭ ਥਾਵਾਂ ਦੇ ਵਿੱਚ ਥਾਵਾਂ ਦੇ ਵਿੱਚ ਰਹਿਣ ਵਾਲੇ ਥਨੰਤਰੀ ਜੀਵਾਂ ਦੇ ਅੰਦਰ ਭਰਪੂਰ ਹੈ ਵਿਆਪਕ ਹੋ ਰਿਹਾ ਏ ਸਭ ਤੇਰੀ ਬਣਤ ਬਣਾਵਣੀ ਸਭ ਬਣਾਵਣੀ ਸਭ ਤੇਰੀ ਬਣਤ ਬਣਾਵਣੀ ਇਹ ਸਾਰੀ ਉਹ ਆਪ ਜੀ ਦੀ ਹੀ ਮਹਾਰਾਜ ਪੰਜਾਂ ਤਤਾਂ ਦੁਆਰਾ ਆਪ ਜੀ ਨੇ ਇਹ ਸ੍ਰਿਸ਼ਟੀ ਦੀ ਬਣਾਵਟ ਬਣਾਉਣਾ ਕੀਤੀ ਰਚਨਾ ਕੀਤੀ ਹੈ ਰੰਗ ਪਰੰਗ ਸਿਸ਼ਟ ਸਭ ਸਾਜੀ ਫਿਰ ਸ੍ਰਿਸ਼ਟੀ ਜਿਹੜੀ ਆ ਨਾ ਕਈ ਰੰਗ ਤੇ ਪਰੰਗ ਰੰਗ ਹੁੰਦਾ ਸਾਜ ਸੰਗ ਜਿਵੇਂ ਇੱਕੋ ਰੰਗ ਦਾ ਕਾਂ ਦਾ ਇੱਕੋ ਹੀ ਰੰਗ ਹੁੰਦਾ ਕਾਲਾ ਜਿਵੇਂ ਤੋਦੇ ਦਾ ਇੱਕੋ ਹੀ ਰੰਗ ਹੁੰਦਾ ਹਰਾ ਐਵੇਂ ਹੋ ਗਿਆ ਵੀ ਕਈ ਰੰਗਾਂ ਦੀ ਤੇ ਪ੍ਰੰਗ ਹੁੰਦਾ ਵੀ ਮਿਸ਼ਰਤ ਰੰਗਾਂ ਵਾਲੀ ਸ੍ਰਿਸ਼ਟੀ ਜਿਹਦੇ ਵਿੱਚ ਕਈ ਤਰ੍ਹਾਂ ਦੇ ਰੰਗ ਹੋਣ ਜਿਵੇਂ ਮੋਰ ਦੇ ਵਿੱਚ ਕਈ ਰੰਗ ਹਨ ਉਹਨੂੰ ਪ੍ਰੰਗ ਕਹਿੰਦੇ ਨੇ ਤੇ ਇੱਕੋ ਰੰਗ ਇਸ ਤਰ੍ਹਾਂ ਮਹਾਰਾ ਰੰਗ ਪ੍ਰੰਗ ਕਈ ਰੰਗਾਂ ਦੀ ਤੇ ਕਈ ਪ੍ਰੰਗ ਮਿਸ਼ਰਤ ਰੰਗਾਂ ਵਾਲੀ ਸ੍ਰਿਸ਼ਟ ਸਭ ਸਾਜੀ ਭਾਵ ਕੇ ਰੰਗ ਪ੍ਰੰਗ ਬਹੁਦੇ ਰੰਗ ਬਰੰਗ ਵਾਲੀ ਇਹ ਸਾਰੀ ਸ੍ਰਿਸ਼ਟੀ ਮਹਾਰਾਜ ਤੁਸੀਂ ਹੀ ਸਜਣਾ ਕੀਤੀ ਤੁਹਾਡੀ ਹੀ ਬਣਾਈ ਹੋਈ ਆ ਵਾਹ ਵਾਹ ਵਿਦ ਭਾਂਤ ਪਾਵਣੀ ਫਿਰ ਬਹੁ ਬਹੁਤ ਹੀ ਮਹਾਰਾਜ ਵਿਦ ਵਿਧੀਆਂ ਦੁਆਰਾ ਤੂੰ ਆਪ ਹੀ ਨਾ ਬਹੁ ਵਿਦ ਤੂੰ ਭਾਵ ਹੈ ਵੀ ਕਿਸੇ ਨੂੰ ਆਂਡੇ ਚੋਂ ਪੈਦਾ ਕਰਦਾ ਕਿਸੇ ਨੂੰ ਜ਼ੇਰ ਚੋਂ ਕਰਦਾ ਕਿਸੇ ਨੂੰ ਉਤਪੋਜ ਧਰਤੀ ਦੇ ਵਿੱਚੋਂ ਪੈਦਾ ਕਰਦਾ ਸੇ ਤੁਜ ਕਿਸੇ ਨੂੰ ਮੁੜ ਕੇ ਗੰਦਗੀ ਚੋਂ ਪੈਦਾ ਕਰਦਾ ਇਵੇਂ ਬਹੁ ਬਹੁ ਵਿਧ ਭਾਂਤ ਉਹ ਪਾਵਣੀ ਬੋਧੀ ਮਹਾਰਾਜ ਭਾਂਤ ਤਰ੍ਹਾਂ ਤਰ੍ਹਾਂ ਦੇ ਨਾਲ ਬਹੁਤ ਵਿਧੀ ਪੂਰਵਕ ਅੰਡਜ ਜੇ ਰਸੇਤ ਉਤਪਾਦ ਖਾਣੀਆਂ ਦੁਆਰਾ ਸ੍ਰਿਸ਼ਟੀ ਜੋ ਪਾਵਣੀ ਪੈਦਾ ਕੀਤੀ ਹੈ ਸਭ ਤੇਰੀ ਜੋਤ ਜੋਤੀ ਵਿੱਚ ਵਰਤਹਿ ਸਭ ਤੇਰੀ ਜੋਤ ਮਹਾਰਾਜ ਜੋਤੀ ਸਰੂਪ ਪਰਮੇਸ਼ਰ ਸਭਨਾ ਜੀਵਾਂ ਯਾਪ ਜੀ ਦੀ ਹੀ ਜੋਤ ਹੈ ਨਾ ਤੁਹਾਡੀ ਹੀ ਚੇਤਨ ਸੱਤਾ ਵਰਤ ਹੈ ਵਰਤ ਰਹੀ ਸਭ ਦੇ ਵਿੱਚ ਤੁਹਾਡਾ ਹੀ ਪ੍ਰਕਾਸ਼ ਹੈ ਗੁਰਮਤੀ ਤੁਦੈ ਲਾਵਣੀ ਪਰ ਕਿਸੇ ਗੁਰਮੁਖ ਨੇ ਗੁਰੂ ਦੀ ਮਤ ਸਿੱਖਿਆ ਦੁਆਰਾ ਹੀ ਤੁਦੈ ਤੇਰੇ ਚ ਬਿਰਤੀ ਲਾਵਣੀ ਲਾਉਣਾ ਕੀਤੀ ਕਿਸੇ ਵਿਰਲੇ ਦੀ ਤੇਰੀ ਜੋਤ ਅੰਦਰ ਸੁਰਤ ਜੁੜੀ ਹੈ ਜਿਨ ਹੋ へ ਦਿਆਲ ਤਿਨ ਸਤਗੁਰ ਮਿਲ ਹੈ ਜਿਨ ਹੋ へ ਦਿਆਲ ਤਿਨ ਸਤਗੁਰ ਮਿਲ ਹੈ ਹੇ ਮਹਾਰਾਜਾ ਜਨਾ ਦੇ ਤੂੰ ਦਿਆਲੂ ਹੋ へ ਹੁੰਦਾ ਏ ਤੇਨਾਂ ਦੇ ਤਾਂ ਹੀ ਸੱਚੇ ਗੁਰੂ ਦੀ ਸੰਗਤ ਮਹਾਰਾਜ ਸਾਹਿਬ ਦਾ ਮਲਾਬ ਕਰਾ ਦੇਣਾ ਉਹਨਾਂ ਨੂੰ ਸਤਿਗੁਰਾਂ ਦੀ ਸੰਗਤ ਨਾਲ ਮੇਲ ਦਾ ਏ ਮੁਖ ਗੁਰਮੁਖ ਹਰ ਸਮਝਾਵਣੀ ਤਿਹੇ ਪਾਤਸ਼ਾਹ ਫਿਰ ਉਹਨਾਂ ਗੁਰਮੁਖਾਂ ਨੂੰ ਮੁਖ ਗੁਰਮੁਖ ਹਰ ਸਮਝਾਵਣੀ ਵੀ ਮਹਾਰਾਜ ਜੀਓ ਫਿਰ ਤੂੰ ਗੁਰਮੁਖਾਂ ਨੂੰ ਮੁਖ ਮੁਖੀ ਸਤਿਗੁਰਾਂ ਦੁਆਰਾ ਆਪਣੇ ਸਰੂਪ ਦੀ ਸਮਝਾਵਣੀ ਸਮਝ ਦਿੰਦਾ ਹੈ ਉਹ ਉਹਨਾਂ ਨੂੰ ਸਮਝ ਆਉਂਦੀ ਹੈ ਭਾਵ ਕਿ ਮੁਖ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਹੀ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਹਰੀ ਮਹਾਰਾਜ ਤੋਂ ਸੋਝੀ ਬਖਸ਼ਦਾ ਹੈ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਸਾਰੇ ਹੀ ਮਹਾਰਾਜ ਕਹਿੰਦੇ ਜੋ ਸ੍ਰੀ ਸ਼੍ਰੋਮਣੀ ਰਮੋ ਰਮਿਆ ਹੋਇਆ ਰਾਮ ਪਰਮੇਸ਼ਰ ਹੈ ਉਹਦੇ ਰਮੋ ਸੁੰਦਰ ਵਾਹਿਗੁਰੂ RAM ਦੇ ਨਾਮ ਨੂੰ ਵਾਹਿਗੁਰੂ ਦੇ ਜਸ ਨੂੰ ਬੋਲਣਾ ਕਰੋ ਭਾਈ ਜਿਤ ਦਾਲਦ ਦੁੱਖ ਭੁਖ ਸਭ ਲੈ ਜਾਵਣੀ ਜਿਸ ਵਾਹਿਗੁਰੂ ਦੇ RAM ਦੇ ਨਾਮ ਦਾ ਪ੍ਰਤਾਪ ਦਾ ਸਦਕਾ ਵਿਦਿਆ ਰੂਪੀ ਦਾਲਦ ਦਲਿੱਦਰ ਜਾਂ ਹੋਰ ਗਰੀਬੀ ਆਦਿਕ ਅਤੇ ਦੁੱਖ ਜਮਣ ਮਰਨ ਦੇ ਸਹਿ ਹਰ ਤਰ੍ਹਾਂ ਦਾ ਦੁੱਖ ਆਸਾ ਤ੍ਰਿਸ਼ਨਾ ਰੂਪੀ ਲੱਗੀ ਹੋਈ ਭੁੱਖ ਇਤੇ ਆਦਿਕ ਸਭ ਲਹਿ ਜਾਵਣੀ ਸਾਰੀ ਉੱਤਰ ਜਾਵਣੀ ਜਾਂਦੀ ਦੂਰ ਹੋ ਜਾਂਦੀ ਐ ਸ਼ਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਸ਼ਲੋਕ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰ ਰਹੇ ਨੇ ਹਰ ਹਰ ਅੰਮ੍ਰਿਤ ਨਾਮ ਰਸ ਇਹ ਭਾਈ ਜੋ ਹਰ ਹਰ ਪਰਮੇਸ਼ਰ ਹੈ ਉਹ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਦਾ ਜੋ ਵਾਹਿਗੁਰੂ ਦਾ ਨਾਮ ਅੰਮ੍ਰਿਤ ਅਮਰ ਕਰਨ ਵਾਲਾ ਮਰਤੂ ਤੋਂ ਰਹਿਤ ਕਰਨ ਵਾਲਾ ਏ ਰਸ ਉਸ ਵਾਹਿਗੁਰੂ ਦੇ ਨਾਮ ਨੂੰ ਰਸ ਦੇ ਸਹਿਤ ਸਵਾਦ ਲੈ ਕੇ ਪ੍ਰੇਮ ਦੇ ਸਹਿਤ ਜਪਣਾ ਕਰੋ ਹਰ ਅੰਮ੍ਰਿਤ ਹਰ ਉਰਤਾਰ ਤੇ ਉਸ ਹਰੀ ਪਰਮੇਸ਼ਰ ਦੇ ਹਰ ਅੰਮ੍ਰਿਤ ਹਰੀ ਦਾ ਜੋ ਅੰਮ੍ਰਿਤ ਨਾਮ ਹੈ ਉਹਦੇ ਰਸ ਨੂੰ ਔਰ ਧਾਰ ਹਿਰਦੇ ਦੇ ਵਿੱਚ ਧਾਰ ਭਾਵ ਕੇ ਆਪਣੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸਾਉਣਾ ਕਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਫਿਰ ਮਹਾਰਾਜ ਜੀ ਕਹਿੰਦੇ ਵੇਖ ਭਾਈ ਜੋ ਹਰ ਪਰਮੇਸ਼ਰ ਪਾਪਾਂ ਦਾ ਨਾਸ਼ਕ ਹੈ ਨਾ ਉਹ ਵਿੱਚ ਸੰਗਤ ਹਰ ਪ੍ਰਭ ਵਰਤਦਾ ਉਹ ਹਰੀ ਪਰਮੇਸ਼ਰ ਸਤ ਸੰਗਤ ਦੇ ਅੰਦਰ ਸਖਿਆਦ ਪ੍ਰਤਖ ਹੋ ਕੇ ਵਰਤ ਰਿਆ ਮੌਜੂਦ ਹੈ ਕੌਂਕੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਰੱਬ ਵਸਦਾ ਹੈ ਸੰਗਤ ਅੰਦਰ ਬੁੱਝੋ ਸ਼ਬਦ ਵਿਚਾਰ ਬੁੱਝੋ ਸ਼ਬਦ ਵਿਚਾਰ ਗੁਰ ਉਪਦੇਸ਼ ਸ਼ਬਦ ਦੀ ਵਿਚਾਰ ਦੁਆਰਾ ਇਸ ਗੱਲ ਨੂੰ ਗਿਆਨ ਨੂੰ ਇਹ ਮਹਾਰਾਜ ਸਾਹਿਬ ਵਸ ਰਿਹਾ ਹੈ ਸਮਝਣਾ ਕਰੋ ਮਨ ਹਰ ਹਰ ਨਾਮ ਧਿਆਇਆ ਜਿਨ੍ਹਾਂ ਨੇ ਭਾਈ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਜੋ ਨੇ ਵਾਹਿਗੁਰੂ ਜੀ ਜੋ ਹਨ ਉਨ੍ਹਾਂ ਦੇ ਨਾਮ ਨੂੰ ਮਨ ਚਿੱਤ ਦੀਆਂ ਗਹਿਰਾਈਆਂ ਦੇ ਵਿੱਚੋਂ ਅਰਾਧਿਆ ਤੇ ਆਉਣਾ ਕੀਤਾ ਏ ਇੱਕ ਹਾਂ ਮੈਂ ਕੱਢੀ ਮਾਰ ਉਹਨਾਂ ਨੇ ਨਾਮ ਦਾ ਸਦਕਾ ਆਪਣੇ ਅੰਦਰ ਹਉਮੇ ਹੰਗਤਾ ਰੂਪੀ ਜੋ ਵਿਖ ਜੈਰ ਹੈ ਏ ਮਾਰ ਕੇ ਰਦੇ ਚੋਂ ਬਾਹਰ ਕੱਢੀ ਕੱਢ ਦਿੱਤੀ ਏ ਜਿਨ ਹਰ ਹਰ ਨਾਮ ਨਾ ਚੇਤੇਓ ਜਿਨਾਂ ਨੇ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਆਈ ਨਹੀਂ ਹੈ ਚੇਤੇ ਨਹੀਂ ਕੀਤਾ ਆਜ਼ਾਦ ਨਹੀਂ ਕੀਤਾ ਤਿੰਨ ਜੂਏ ਜਨਮ ਸਭ ਹਾਰ ਉਹਨਾਂ ਨੇ ਵਿਸ਼ਯ ਰੂਪੀ ਜੂਏ ਜ ਆਪਣਾ ਸਾਰਾ ਹੀ ਜਨਮ ਹਾਰ ਲਿਆ ਏ ਗੁਰ ਉੱਠੇ ਹਰ ਚੇਤਾਇਆ ਜਿਨ੍ਹਾਂ ਦੇ ਪੂਰਨ ਸਤਿਗੁਰੂ ਸਾਹਿਬ ਪ੍ਰਸੰਨ ਹੋਏ ਨੇ ਉਹਨਾਂ ਨੂੰ ਗੁਰਾਂ ਨੇ ਹਰ ਚੇਤਾਇਆ ਚਿਤਾਇਆ ਹੁੰਦਾ ਵੀ ਕਿਸੇ ਨੂੰ ਜਾਦ ਕਰਾਉਣਾ ਮਹਾਰਾਜ ਨੇ ਉਹਨਾਂ ਨੂੰ ਚਿਤਾਇਆ ਵਾਹਿਗੁਰੂ ਦਾ ਨਾਮ ਚੇਤੇ ਕਰਾਇਆ ਜਾਦ ਕਰਾਇਆ ਹੈ ਹਰ ਚੇਤਾਇਆ ਵੀ ਵਾਹਿਗੁਰੂ ਦਾ ਨਾਮ ਜਪ ਚੇਤਾਇਤਾ ਛੇਤ ਸਾਹਿਬ ਸੱਚਾ ਸੋ ਧਣੀਏ ਚੇਤਾ ਕਰਾਇਆ ਜਿਨ੍ਹਾਂ ਨੂੰ ਨਾਮ ਦਾ ਹਰ ਨਾਮਾ ਹਰ ਓਰ ਧਾਰ। ਉਹਨਾਂ ਨੇ ਹਰੇਕ ਨਾਮ ਵਿੱਚੋਂ ਸ਼ਰੋਮਣੀ ਹਰੀ ਪਰਮੇਸ਼ਰ ਦਾ ਨਾਮ ਹਿਰਦੇ 'ਚ ਧਾਰਿਆ ਵਸਾਲਿਆ ਏ। ਜਨ ਨਾਨਕ ਤੇ ਮੁਖ ਉਜਲੇ। ਸਤਿਗੁਰੂ RAMDAS ਮਹਾਰਾਜ ਕਹਿੰਦੇ ਵੀ ਉਹ ਜਨਪੁਰਖ ਉਹਨਾਂ ਦੇ ਮੁਖੜੇ ਲੋਕ ਪਰਲੋਕ ਦੇ ਵਿੱਚ ਹੀ ਉਜਲੇ ਹਨ ਭਾਵ ਸੋਭਾ ਦੇ ਸਹਿਦ ਨੇ ਤਿਤ ਸੱਚਾ ਦਰਬਾਰ ਉਸ ਵਾਹਿਗੁਰੂ ਦੇ ਸੱਚਾ ਸਤ ਸੰਗ ਰੂਪੀ ਦਰਗਾਹ ਰੂਪੀ ਦਰਬਾਰ ਵਿੱਚ ਵੀ ਉਹ ਉਜਲ ਮੁਖ ਵਾਲੇ ਸੁਰਖ ਰੂ ਹਨ ਮਹਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਪਾਤਸ਼ਾਹ ਕਹਿੰਦੇ ਭਾਈ ਹਰ ਪਰਮੇਸ਼ਰ ਦਾ ਜੋ ਨਾਮ ਹੈ ਹਰ ਕੀਰਤ ਉੱਤਮ ਨਾਮ ਹੈ ਨਾਮ ਦੀ ਜੋਗ ਸਿਬਦ ਸੁਲਾਹ ਕਰਨੀ ਹੈ ਸਭ ਤੋਂ ਉੱਤਮ ਸ੍ਰੇਸ਼ਟ ਕੰਮ ਹੈ ਨਾਮ ਜਪਣਾ ਵਾਹਿਗੁਰੂ ਦੇ ਗੁਣ ਗਾਉਣੇ ਵਿੱਚ ਕਾਲ ਯੁਗ ਕਰਨੀ ਸਾਰ ਇਹ ਕਲੇ ਦਾ ਜਿਹੜਾ ਜੋਗ ਹੈ ਨਾ ਕਲੇਸ਼ ਦਾ ਜੋ ਸਮਾ ਇਹਦੇ ਵਿੱਚ ਇਹਦੇ ਅੰਦਰ ਵਿੱਚ ਗਲਜੁਗ ਕਰਨੀ ਸਾਰ ਇਹੋ ਹੀ ਸਾਰ ਸ੍ਰੇਸ਼ਟ ਕਰਨੀ ਕਮਾਈ ਐ ਮਤ ਗੁਰਮਤ ਕੀਰਤ ਪਾਈ ਐ ਪਰ ਇਦਾਂ ਨਹੀਂ ਨਾਮ ਜਪਿਆ ਜਾਂਦਾ ਆਪਣੀ ਮਤ ਜੋ ਹੈ ਉਹ ਬੁੱਧੀ ਦੇ ਵਿੱਚ ਹੀ ਗੁਰੂ ਦੀ ਮਤ ਧਾਰਨ ਕਰਕੇ ਕੀਰਤ ਪਾਈਏ ਸਿਮਰ ਸੁਲਾ ਕਰਨੀ ਮਿਲਦੀ ਏ ਹਰ ਨਾਮ ਹਰ ਰਹਾਰ ਤੇ ਵੇਰ ਹਰੀ ਪਰਮੇਸ਼ਰ ਦਾ ਜੋ ਨਾਮ ਹੈ ਜਿਵੇਂ ਗਲੇ ਦੇ ਵਿੱਚ ਰਾਣੀ ਹਾਰ ਪਾਏ ਹੋਏ ਹੁੰਦੇ ਬੀਬੀਆਂ ਨੇ ਸੋਹਣੇ ਲੱਗਦੇ ਨੇ ਇਵੇਂ ਹਰ ਨਾਮਾ ਹਰ ਔਰ ਹਾਰ ਉਹਨਾਂ ਦੇ ਰਿਦੇ ਰੂਪੀ ਗਲ ਦੇ ਵਿੱਚ ਹਰੀ ਦਾ ਨਾਮ ਰੂਪੀ ਹੀ ਹਾਰ ਸ਼ੋਭਦਾ ਹੈ ਤਾ ਵਾਹਿਗੁਰੂ ਦਾ ਨਾਮ ਹੀ ਸੁਆਸ ਸੁਆਹ ਜਿਹੜਾ ਜਪਣਾ ਹੈ ਏ ਮਾਨੋ ਬਿਹਾਰ ਬਣ ਗਿਆ ਸਵਾਸਾਂ ਦੀ ਡੋਰ ਵਿੱਚ ਨਾਮ ਦੇ ਮੋਤੀ ਪਾ ਕੇ ਵਡ ਭਾਗੀ ਜਿਨ ਹਰ ਧਿਆਇਆ ਜਿਨ੍ਹਾਂ ਵੱਡੇ ਭਾਗਾ ਵਾਲਿਆਂ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਧੁਰ ਅੰਦਰੋਂ ਧਿਆਉਣਾ ਕੀਤਾ ਏ ਤਿਨ ਸੌਪਿਆ ਹਰ ਪੰਡਾਰ ਤੈਨੂੰ ਸੌਪਿਆ ਵੰਦਗੀ ਦੀ ਦਾਤ ਬਖਸ਼ੀ ਸਦਾ ਹੀ ਜਪਦੇ ਹਨ ਬਿਨ ਨਾ ਵੈ ਜੇ ਕਰਮ ਕਮਾਵਣੇ ਸਾਧ ਸੰਗਤ ਜੇ ਕੋਈ ਨਾਮ ਨਾ ਜਪੇ ਤੇ ਨਾਮ ਜਪਣ ਤੋਂ ਬਗੈਰ ਜਿਹੜੇ ਹੋਰ ਕਰਮ ਕਮਾਉਣੇ ਹਨ ਨਾ ਉਹ ਸਾਰੇ ਈਵੇਂ ਬੇਕਾਰ ਨੇ ਨਿਤ ਹੌਮੈ ਹੋਏ ਖੁਆਰ ਉਹਨਾਂ ਕਰਮਾਂ ਦੀ ਹੌਮੇ ਹੰਗਤਾ ਕਾਰਨੀ ਜੀਵਨਤਾ ਪ੍ਰਤੀ ਵਿਕਾਰਾਂ ਵਿੱਚ ਪੈ ਕੇ ਖੁਆਰ ਖਰਾਬ ਹੋਏ ਹੁੰਦਾ ਏ ਜੇ ਕੋਈ ਕਰਮ ਕਰ ਲੈਂਦਾ ਹੈ ਤਾਂ ਉਹਦੇ ਹੰਕਾਰ ਵਿੱਚ ਹੀ ਆਫਰਿਆ ਫਿਰਦਾ ਦਰਸਤਾਨ ਦਿੰਦੇ ਹਨ ਕਿਵੇਂ ਜਲ ਹਸਤੀ ਮਲ ਨਾ ਹਵਾਲੀ ਐ ਜਿਵੇਂ ਕਹਿੰਦੇ ਵੀ ਹਸਤੀ ਹਾਥੀ ਨੂੰ ਜਲ ਪਾਣੀ ਦੇ ਵਿੱਚ ਮਲ ਨਾ ਹਵਾਲੀ ਐ ਮਲ ਮਲ ਕੇ ਵੀ ਨਿਵਾਈਦਾ ਐ ਨਾ ਵੀ ਚੰਗਾ ਲਿਸ਼ਕ ਜਾਵੇ ਸਿਰ ਭੀ ਫਿਰ ਪਾਵੇ ਛਾਰ ਕਰੋ ਪਾਣੀ ਜੋ ਬਾਹਰ ਨਿਕਲ ਕੇ ਆਪਣੀ ਸੁੰਡ ਦੇ ਨਾਲ ਫਿਰ ਸਿਰ ਦੇ ਵਿੱਚ ਮੁੜ ਫਿਰ ਸੀਸ ਤੇ ਸਿਰ ਭੀ ਫਿਰ ਪਾਵੇ ਛਾਰ ਛਾਰ ਸੁਆਹ ਮਿੱਟੀਓ ਹੀ ਪਾ ਲੈਂਦਾ ਗੰਦਾ ਹੀ ਹੋ ਜਾਂਦਾ ਹੈ ਨਾ ਐਵੇਂ ਜਿਹੜੇ ਜੀਵ ਸਾਧ ਸੰਗਤ ਕਰਮਾਂ ਨੂੰ ਕਰਕੇ ਹੰਕਾਰ ਕਰਦੇ ਨੇ ਮਨ ਨੂੰ ਸਿਰ ਵਿੱਚ ਸੁਆਹ ਪਾ ਲੈਂਦੇ ਹਨ ਭਾਵੇਂ ਹੈ ਵੀ ਸਾਰੇ ਹੀ ਕਰਮ ਬੇਅਰਥ ਨੇ ਵਾਹਿਗੁਰੂ ਦੇ ਨਾਮ ਬਿਨਾ ਹਰ ਮੇਲੋ ਸਤਗੁਰ ਦਇਆ ਕਰ ਇਸ ਕਰਕੇ ਹਰ ਮੇਲੋ ਸਤਗੁਰ ਦਿਆ ਕਰੇ ਹਰੀ ਮਹਾਰਾਜ ਮੇਰੇ ਤੇ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਸਤਿਗੁਰੂ ਸਾਹਿਬ ਨਾਲ ਮਿਲਣਾ ਕਰੋ ਮਨ ਵਸੈ ਇੱਕੰਕਾਰ ਇਸ ਕਰਕੇ ਇੱਕੰਕਾਰ ਕੋਈ ਇੱਕਕਾਰ ਨਾ ਵਹਿ ਗੁਰੂ ਸਾਰਿਆਂ ਦੇ ਮਨ ਵਿੱਚ ਸਾਰਿਆਂ 'ਚ ਵਿਆਪਕ ਪਾਤਸ਼ਾਹ ਤੂੰ ਮੇਰੇ ਮਨ ਵਿੱਚ ਵਸ ਜਾਵੇਂ ਕਿਰਪਾ ਕਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸਾਹਿਬ ਦੇ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਇਹ ਭਾਵਨਾ ਦੇ ਸਹਿਤ ਸੁਣ ਕੇ ਹਰੀ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ ਹੈ ਵੀ ਇਹੀ ਸਾਡੀ ਕਲਿਆਣ ਕਰੇਗਾ ਜਨ ਨਾਨਕ ਤਿੰਨ ਜੈਕਾਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹਨਾਂ ਜਨਪੁਰਖਾਂ ਦੀ ਲੋਕ ਪਰਲੋਕ ਵਿੱਚ ਜੈ ਜੈਕਾਰ ਹੁੰਦੀ ਹੈ ਪੌੜੀ RAM ਨਾਮ ਵੱਖਰ ਹੈ ਊਤਮ ਵੱਖਰ ਕਹਿੰਦੇ ਨੇ ਸੌਦੇ ਨੂੰ ਸਾਹਿਬ ਕਹਿੰਦੇ ਸੌਦੇ ਤਾਂ ਬੜੇ ਨੇ ਦੁਨੀਆ 'ਚ ਪਰ ਜੋ RAM ਪਰਮੇਸ਼ਰ ਦਾ ਨਾਮ ਰੂਪੀ ਲਾਭਦਾਇਕ ਸੌਦਾ ਹੈ ਨਾ ਇਹ ਸਾਰਿਆਂ ਤੋਂ ਉੱਤਮ શ્રેષ્ઠ ਹੈ ਨਾਮ ਵਰਗਾ ਸੌਦਾ ਕੋਈ ਨਹੀਂ ਜੇ ਇਹ ਖਰੀਦਿਆ ਕਦੀ ਘਾਟਾ ਨਹੀਂ ਪੈਂਦਾ ਹਰ ਨਾਇਕ ਪੁਰਖ ਹਮਾਰਾ ਜਿਵੇਂ ਸ਼ਾਹੂਕਾਰਾਂ ਕੋ ਸੌਦਾ ਚੁੱਕ ਕੇ ਲਿਆਉਂਦੇ ਨੇ ਛੋਟੇ ਵਪਾਰੀ ਐਵੇਂ ਹਰ ਨਾਇਕ ਪੁਰਖ ਹਮਾਰਾ ਸਾਬ ਕਹਿੰਦੇ ਵੀ ਜੋ ਪੁਰਖ ਪੂਰਨ ਹਰੀ ਪਰਮੇਸ਼ਰ ਹੈ ਉਹ ਨਾਮ ਦਾ ਸੌਦਾ ਦੇਣ ਵਾਲਾ ਉਹੀ ਸਾਡਾ ਜੀਵ ਰੂਪ ਵਣਜਾਰਿਆਂ ਦਾ ਨਾਇਕ ਮਾਲਕ ਸੁਆਮੀ ਹੈ ਸਿਰਦਾ ਉਹੀ ਨਾਮ ਬਖਸ਼ਦਾ ਏ ਹਰ ਖੇਲ ਕੀਆ ਹਰ ਆਪੇ ਵਰਤੈ ਇਹ ਸਾਰਾ ਜਗਤ ਖੇਲ ਖੇੜ ਹੈ ਇੱਕ ਸਾਧ ਸੰਗਤ ਇਹ ਹਰੀ ਪਰਮੇਸ਼ਰ ਨੇ ਕੀ ਆਪ ਰਚਨਾ ਕੀਤਾ ਏ ਖੇੜ ਤਮਾਸ਼ਾ ਹਰ ਆਪੇ ਵਰਤੈ ਆਪ ਹੀ ਹਰੀ ਸਾਰਿਆਂ ਦੇ ਵਿੱਚ ਜਗਤ ਦੀ ਖੇੜ ਅੰਦਰ ਵਰਤ ਰਿਹਾ ਹੈ ਹਾਜ਼ਰ ਨਾਜ਼ਰੇ ਸਭ ਜਗਤ ਕੀ ਵਣਜਾਰਾ ਵਾਹਿਗੁਰੂ ਨੇ ਆਪ ਹੀ ਸਾਰਾ ਜਗਤ ਵਣਜਾਰਾ ਵਣਜ ਕਰਨ ਵਾਲਾ ਵਪਾਰੀ ਬਣਾਉਣਾ ਕੀਤਾ ਹੈ ਚੰਗੇ ਮੰਦੇ ਸਬਦੇ ਦਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਤੇ ਮਹਾਰਾਜ ਕਹਿੰਦੇ ਹੈ ਕਰਤੇ ਕਰਤਾ ਰਜਣ ਹਾਰ ਪਰਮੇਸ਼ਰ ਭਾਵੇਂ ਚੰਦ ਸੂਰਜ ਤਾਰੇ ਆਦਿਕ ਨੇ ਸਭ ਜੋਤ ਤੇਰੀ ਸਭ ਸਾਰੀਆਂ ਹੀ ਜੋਤੀਆਂ ਦੇ ਅੰਦਰ ਮਹਾਰਾਜ ਤੇਰੀ ਹੀ ਜੋਤ ਪ੍ਰਕਾਸ਼ ਰਹੀ ਹੈ ਜੋਤੀ ਵਿੱਚ ਸਭ ਜੋਤਾਂ ਦੇ ਅੰਦਰ ਤੇਰੀ ਜੋਤ ਹੈ ਤੇਰੀ ਸ਼ਕਤੀ ਵਰਤ ਰਹੀ ਹੈ ਸਭ ਸੱਚ ਤੇਰਾ ਪਾਸਾਰਾ ਸਭ ਸੱਚ ਤੇਰਾ ਪਾਸਾਰਾ ਤੇ ਮਹਾਰਾਜ ਤੂੰ ਸਾਰਿਆਂ ਦੇ ਅੰਦਰ ਸਾਖੀ ਰੂਪ ਹੋ ਕੇ ਜੂ ਵਰਤ ਰਿਆ ਹੈ ਇਸ ਕਰਕੇ ਤੇਰਾ ਆਪ ਸਾਰਾ ਪਾ ਸਾਰਾ ਵੀ ਜੋ ਹੈ ਨਾ ਖਲਾਰਾ ਇਹ ਵੀ ਸਚਾਈ ਹੈ ਤੇਰਾ ਹੀ ਰੂਪ ਸਭ ਧਿਆਵਹਿ ਤੁਧ ਸਫਲ ਸੇ ਗਾਵਹਿ ਸਭ ਧਿਆਵਹਿ ਤੁਧ ਸਫਲ ਸੇ ਗਾਵਹਿ ਸਹਿਬ ਜੀ ਕਹਿੰਦੇ ਵੀ ਸਾਰੇ ਹੀ ਮਹਾਰਾਜ ਜੀ ਉਹ ਤੈਨੂੰ ਤੇ ਹੁੰਦੇ ਹਨ ਤੇ ਸਾਰੇ ਹੀ ਤੈਨੂੰ ਗਾਉਂਦੇ ਹਨ ਪਰ ਉਹਨਾਂ ਦਾ ਹੀ ਜੀਵਨ ਸਫਲ ਹੈ ਉਹੀ ਮਹਾਰਾਜ ਜੀ ਉਸ ਜਗਤ ਵਿੱਚ ਆਏ ਪ੍ਰਵਾਨ ਹਨ ਗੁਰਮਤਿ ਹਰਿ ਨਰੰਕਾਰਾ ਏ ਨਰੰਕਾਰ ਵਾਹਿਗੁਰੂ ਮਾਇਆ ਦੇ ਆਕਾਰਾਂ ਤੋਂ ਰਹਿਤ ਪਾਤਸ਼ਾਹ ਜਿਨ੍ਹਾਂ ਨੇ ਗੁਰਾਂ ਦੀ ਮੱਤ ਲੈ ਕੇ ਤੈਨੂੰ ਸਿਮਰਿਆ ਹੈ ਉਹਨਾਂ ਦਾ ਜੀਵਨ ਸਫਲਾ ਉਹਨਾਂ ਦਾ ਗਾਉਣਾ ਤੇ ਉਹਨਾਂ ਸਭ ਕੁਝ ਸਫਲਾ ਹੈ ਸਭ ਚਬਹ ਮੁਖ ਹੋ ਜਗੰਗਨਾਥ ਜਗੰਗਨਾਥ ਜਗ ਜੀਵਨ ਸਭ ਚਬਹ ਮੁਖ ਚਬਹ ਨਾਮ ਹੁੰਦਾ ਉਚਾਰਨ ਦਾ ਜਗੰਗਨਾਥ ਇਹ ਇਹ ਸ਼ਬਦ ਜਿਹੜੇ ਹੁੰਦੇ ਨੇ ਨਾ ਜਿੱਦਾਂ ਇਹਨਾਂ ਨੂੰ ਨਖੇੜ ਲਈਦਾ ਸਾਧ ਸੰਗਤ ਜਦੋਂ ਪਾਠ ਕਰਨਾ ਜੇ ਨਾਮ ਉਚਾਰਨ ਹੋਵੇ ਜਗੰਗ ਕਹਿ ਲੋ ਫਿਰ ਨਾਸ ਕਹਿ ਲੋ ਜਗੰ ਨਾਥ ਜਗੰਨਾਥ ਇਦਾਂ ਅਭਿਆਸ ਕਰਦੇ ਆਂ ਫਿਰ ਦੋਵੇਂ ਸ਼ਬਦ ਜੋੜ ਦੋ ਜਗੰਨਾਥ ਜਗੰਨਾਥ ਜਗ ਜੀਵਨ ਮਹਾਰਾਜ ਸਾਹਿਬ ਕਹਿੰਦੇ ਵੀ ਤੁਸੀਂ ਸਾਰੇ ਹੀ ਨਾ ਆਪਣੇ ਮੁਖੋਂ ਮੂੰਹੋਂ ਸਭ ਚਬੋ ਚਬੋ ਨਾਮ ਹੈ ਬੋਲਣਾ ਵਿਚਾਰਨ ਕਰਨਾ ਉਸ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰੋ ਜੋ ਮਾਲਕ ਜਗੰਨਾਥ ਸਾਰੇ ਹੀ ਜਗਤ ਦਾ ਨਾਥ ਹੈ ਜੋ ਸਾਰੇ ਹੀ ਜਗਤ ਦਾ ਸੁਆਮੀ ਹੈ ਸਾਰੇ ਹੀ ਜਗਤ ਦਾ ਜੋ ਜੀਵਨ ਰੂਪ ਹੈ ਉਹਦਾ ਨਾਮ ਜਪੋ ਭਾਈ ਜਿਤ ਪਵ ਜਲ ਪਾਰ ਉਤਾਰਾ ਜਿਸ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਕੇ ਤੁਹਾਡਾ ਜਮਨ ਮਰਨ ਦੇ ਪੈਰ ਉਪੀ ਜਲ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਵੇਗਾ ਭਾਗ ਉਧਰ ਜਾਵੋਗੇ ਸ਼ਲੋਕ ਮਹਲਾ 4 ਹਮਰੇ ਜੇ ਬਾ ਏਕ ਪ੍ਰਭ ਚੌਥੇ ਪਾਤਸ਼ਾਹ ਕਹਿੰਦੇ ਹੈ ਸਮਰਾਥ ਪ੍ਰਭ ਪਰਮੇਸ਼ਰ ਸਾਡੀ ਕੋਈ ਜ਼ੁਬਾਨ ਹੈ ਕੋਈ ਰਸਨਾ ਏ ਹਰ ਕੇ ਗੁਣ ਅਗਮ ਅਥਾ ਹੈ ਹਰੀ ਪਾਤਸ਼ਾਹ ਜੀ ਆਪ ਜੀ ਦੇ ਜਿਹੜੇ ਗੁਣ ਹਨ ਉਹ ਮਨ ਦੇ ਸੰਕਲਪਾਂ ਵਿਕਲਪਾਂ ਦੀ ਗਮਤਾ ਤੋਂ ਵੀ ਅਗਮ ਅਗੰਮ ਨੇ ਤੇ ਅਥਾਹ ਥਾਹ ਅਥਾਹ ਥਾਹ ਨਾਮ ਹੁੰਦਾ ਕੋਈ ਥੋ ਪਾ ਲੈਣਾ ਕੋਈ ਅਖੀਰ ਲੱਭ ਲੈਣਾ ਪਰ ਮਹਾਰਾਯਾ ਆਪ ਜੀ ਦੇ ਗੁਣ ਸਮੁੰਦਰ ਦੇ ਵਾਂਗ ਅਥਾਹ ਨੇ ਜਿਨ੍ਹਾਂ ਗੁਣਾਂ ਦਾ ਕੋਈ ਸਮੱਗਰ ਅੰਤ ਨਹੀਂ ਪਾ ਸਕਦਾ ਭਾਵ ਕੇ ਇੱਕ ਜ਼ਬਾਨ ਹੈ ਗੁਣ ਬੇਅੰਤ ਨੇ ਪੂਰੇ ਕਹੇ ਨਹੀਂ ਜਾ ਸਕਦੇ। ਹਾਮ ਕਿਉ ਕਰ ਜਪਹਿ ਈ ਆਣਿਆ। हे ਪਾਤਸ਼ਾਹ ਹਮ ਅਸੀਂ ਈ ਆਣਿਆ ਬੱਚਿਆਂ ਦੀ ਨਿਆਈ ਅਗਿਆਨੀ ਜੀਵ ਕਿਉ ਕਰ ਜਪਹਿ। ਕਿਸ ਪ੍ਰਕਾਰ ਆਪ ਜੀ ਦੇ ਮਹਾਰਾਜ ਜੀ ਜਾਪ ਨੂੰ ਜਪ ਸਕਦੇ ਆਂ ਕਿਵੇਂ ਤੁਹਾਡੇ ਗੁਣ ਪੂਰੇ ਕਹਿ ਸਕਦੇ ਹਾਂ। ਹਰ ਤੁਮ ਵੱਡ ਅਗਮ ਅਗਾਹ। ਕਿਉਂਕਿ हे ਹਰੀ ਪਰਮੇਸ਼ਰ ਹਰ ਤੁਮ ਵੱਡ ਅਗਮ ਅਗਾਹ। ਹੇ ਮਹਾਰਾਜ ਤੁਸੀਂ ਆਪ ਜੀ ਜਿੰਨੇ ਵੀ ਵੱਡਿਆਂ ਤੋਂ ਵੱਡੇ ਕੋਈ ਬ੍ਰਹਮਾ ਨੂੰ ਵੱਡਾ ਮੰਨਦਾ ਏ ਕੋਈ ਸ਼ਿਵ ਜੀ ਨੂੰ ਕੋਈ ਉਤੋਂ ਅੱਗੇ ਕਹਿੰਦਾ ਵਿਸ਼ਨੂੰ ਵੱਡਾ ਏ ਜਿੰਨੇ ਵੀ ਵੱਡੇ ਮੰਨੇ ਨਾ ਨਾ ਦੇਵੀ ਦੇਵਤੇ ਉਹਨਾਂ ਸਾਰਿਆਂ ਤੋਂ ਮਹਾਰਾਜ ਤੁਸੀਂ ਵੱਡੇ ਹੋ ਹਰ ਤੁਮ ਵੱਡ ਫਿਰ ਅਗਮ ਮੰਨ ਦੀ ਗਮਤਾ ਤੋਂ ਰਹਿਤ ਅਗਾਹ ਜਿਹਦੀ ਢੁਗਾਈ ਨਾ ਲੱਭ ਸਕੇ ਐਸੇ ਅਗਾਧ ਹੋ ਗਹਿ ਪਗਣ ਤੋਂ ਵੀ ਰਹਿਤ ਹੋ ਹਰ ਦੇਹੋ ਪ੍ਰਭੂ ਮਤ ਊਤਮਾ ਜੇ ਮਹਾਰਾ ਸਜੇ ਪਾਤਸ਼ਾ ਸਾਨੂੰ ਊਤਮਾ ਉਤਮ ਸ੍ਰੇਸ਼ਟ ਬੁੱਧੀ ਦਿਓ ਚੰਗੀ ਅਕਲ ਬਖਸ਼ੋ ਗੁਰ ਸਤ ਗੁਰ ਕੈ ਪਗ ਪਾ ਜਿਸ ਕਰਕੇ ਅਸੀਂ ਗੁਰ ਸਤਗੁਰੂ ਸਾਹਿਬ ਦੇ ਪਾਗ ਚਰਨੀ ਆਪਣੇ ਆਪ ਨੂੰ ਪਾਹ ਪਾਉਣਾ ਕਰੀਏ ਭਾਵੇਂ ਇਹੋ ਜੀ ਅਕਲ ਦਿਓ ਸਿੱਖਿਆ ਦਿਓ ਵੀ ਗੁਰਾਂ ਦੀ ਸ਼ਰਣ ਵਿੱਚ ਪਏ ਰਹੀਏ ਗੁਰੂ ਅਨਸਾਰੀ ਬਣੀਏ ਸਤ ਸੰਗਤ ਹਰ ਮੇਲ ਪ੍ਰਭ ਤੇ हे ਹਰੀ ਪ੍ਰਭੂ ਸਮਰਾਟ ਪਾਸ਼ਾ ਸਾਨੂੰ ਆਪਣੀ ਪ੍ਰਾਪਤੀ ਵਾਲੀ ਸਤ ਸੰਗਤ ਜੋ ਹੈ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਉਹਦੇ ਨਾਲ ਮੇਲਣਾ ਕਰ ਹਮ ਪਾਪੀ ਸੰਗਤ ਰਾਹਾ ਤੇ ਅਸੀਂ ਮਹਾਰਾਜ ਪਾਪੀ ਆ ਸਤ ਸੰਗਤ ਦੇ ਸੰਗ ਮਿਲ ਕੇ ਗੁਨਾਹੀ ਜੀਵ ਵੀ ਰਾਹ ਤਰ ਜਾਈਏ ਜਗਤ ਤੋਂ ਜਨ ਨਾਨਕ ਕਉ ਹਰ ਬਖਸ਼ ਲੈ ਹੋ ਜਨ ਨਾਨਕ ਕਉ ਹਰ ਬਖਸ਼ ਲੈ ਹੋ ਸਤਿਗੁਰੂ ਜੀ ਕਹਿੰਦੇ ਹੈ ਹਰੀ ਪਾਤਸ਼ਾਹ ਸਾਨੂੰ ਜਨਮਾਣੀ ਦਾਸਾਂ ਨੂੰ ਕਿਰਪਾ ਕਰਕੇ ਬਖਸ਼ ਲੈ ਹੋ ਲੈਣਾ ਕਰੋ ਹਰ ਟੁੱਠੇ ਮੇਲ ਮਿਲਾਹ ਹੇ ਹਰੀ ਪਾਤਸ਼ਾਹ ਜੇ ਤੁਸੀਂ ਸਾਡੇ ਉਤੇ ਟੁੱਠੇ ਪ੍ਰਸੰਨ ਹੋਏ ਹੋ ਓ ਜਾ ਜੇ ਮਹਾਰਾਜ ਤੂੰ ਤਰੋਠ ਪਵੇਂ ਮੇਲ ਮਿਲਾ ਹ ਤਾਂ ਸਾਨੂੰ ਆਪਣੇ ਸਰੂਪ ਦੇ ਮੇਲ ਵਿੱਚ ਮਿਲਾ ਲੈਣਾ ਕਰ ਗੁਰਾਂ ਦੁਆਰਾ ਹਰ ਕਿਰਪਾ ਕਰ ਸੁਣ ਬੇਨਤੀ ਤੇ ਹੇ ਮਹਾਰਾਜ ਕਿਰਪਾ ਕਰ ਤੇ ਸਾਡੀ ਅਰਦਾਸ ਸੁਣ ਹਮ ਪਾਪੀ ਕਿਰਮ ਤਰਾਹ ਅਸੀਂ ਮਹਾਰਾਜ ਪਾਪੀ ਗੁਨਾਇਆਂ ਕਿਰਮ ਹੁੰਦਾ ਛੋਟੇ ਜਿਵੇਂ ਕੀੜੇ ਹੋਣ ਭਾਵ ਤੋਸ ਜੇ ਮਹਾਰਾਜ ਤੇਰੇ ਅੱਗੇ ਜੀਵਾਂ ਸਾਨੂੰ ਤਰਾਹ ਤਾਰ ਲੈਣਾ ਕਰ ਮਹਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨ ਇਹ ਜਗਤ ਦੇ ਜੀਵਨ ਮਹਾਰਾਜ ਸਾਡੇ ਦੇ ਕਿਰਪਾ ਦ੍ਰਿਸ਼ਟੀ ਕਰੋ ਗੁਰ ਸਾਤ ਗੁਰ ਮੇਲ ਦਇਆਲ ਕਿਰਪਾਏ ਕਰੋ ਵੀ ਸਾਨੂੰ ਦਇਆਲ ਦਇਆ ਦੇ ਘਰ ਗੁਰ ਪੂਜਨੀਕ ਸੱਚੇ ਗੁਰੂ ਸਾਹਿਬ ਜੀ ਦੀ ਚਰਨ ਦੇ ਵਿੱਚ ਸੰਗਤ ਵਿੱਚ ਮਿਲਣਾ ਕਰੋ ਗੁਰ ਸੇਵਾ ਹਰ ਹਮ ਭਾਈਆ ਕਿਉਂਕਿ ਹੈ ਹਰੀ ਪਾਤਸ਼ਾਹ ਗੁਰਾਂ ਦੀ ਸੇਵਾ ਹੀ ਸਾਨੂੰ ਕਰਨੀ ਪਿਆਰੀ ਲੱਗੀ ਹੈ ਹਰ ਹੋ ਆ ਹਰ ਕਿਰਪਾਲ ਤੇ ਹਰੀ ਮਹਾਰਾਜ ਜਿਨ੍ਹਾਂ ਦੇ ਤੂੰ ਕਿਰਪਾਲੂ ਹੁੰਦਾ ਸੇਵਾ ਵੀ ਉਹੀ ਕਰਦੇ ਹਨ ਸਭ ਆਸਾ ਮਨਸਾ ਵਿਸਰੀ 1315 ਅੰਕ ਤੇ ਮਹਾਰਾਜ ਕਹਿੰਦੇ ਵੀ ਸਾਡੀ ਸਾਰੀ ਲੋਕ ਪਰਲੋਕ ਦੇ ਪਦਾਰਥਾਂ ਦੀ ਆਸਾ ਉਮੀਦ ਤੇ ਮਨਸਾ ਬੁੱਧੀ ਦੀ ਵਾਸਨਾ ਵਿਸਰ ਗਈ ਭੁੱਲ ਗਈ ਦੂਰ ਹੋ ਗਈ ਐ ਮਨ ਚੂਕਾ ਆਲ ਜੰਜਾਲ ਤੇ ਸਾਡੇ ਮਨ ਚਿੱਤ ਦੇ ਅੰਦਰੋਂ ਆਲ ਘਰ ਦਾ ਜੋ ਜੰਜਾਲ ਪਿਆ ਸੀ ਨਾ ਸਾਹਿਬ ਉਹ ਵੀ ਮੁੱਕ ਗਿਆ ਹੈ ਹੁਣ ਘਰ ਦੇ ਜੰਜਾਲਾਂ ਕਰਕੇ ਧੋਖੇ ਧੜੀਆਂ ਨਹੀਂ ਕਰਵੇ ਘੁਰ ਟੁੱਠੈ ਨਾਮ ਦੜਾਇਆ ਪੂਰਨ ਸਤਗੁਰਾਂ ਨੇ ਟੁੱਠੈ ਤਰੁੱਠ ਕੇ ਖੁਸ਼ ਹੋ ਕੇ ਸਾਨੂੰ ਨਾਮ ਢਿੜ ਕਰਵਾ ਦਿੱਤਾ ਵਾਹਿਗੁਰੂ ਦਾ ਧਾਮ ਕੀਏ ਸ਼ਬਦ ਨਿਹਾਲ ਤੇ ਅਸਾਂ ਨੂੰ ਹਮ ਕੀਏ ਸ਼ਬਦ ਨਿਹਾਲ ਸਾਨੂੰ ਮਹਾਰਾਜ ਨੇ ਆਪਣੇ ਉਪਦੇਸ਼ ਸ਼ਬਦ ਬਾਣੀ ਦੁਆਰਾ ਨਾਮ ਅੰਮ੍ਰਿਤ ਦੇ ਕੇ ਨਿਹਾਲ ਨੇ ਨਾਮ ਰਹਿਤ ਦਾ ਹਾਲ ਨਾਮ ਹੈ ਦੁੱਖਾਂ ਦਾ ਦੁੱਖਾਂ ਤੋਂ ਰਹਿਤ ਕਰ ਦਿੱਤਾ ਏ ਜਨ ਨਾਨਕ ਟੁੱਟ ਤਨ ਪਾਇਆ ਜਨ ਨਾਨਕ ਅਟੁੱਟ ਤਨ ਪਾਇਆ ਸਤਿਗੁਰੂ ਕਹਿੰਦੇ ਵੀ ਅਸੀਂ ਨਿਮਾਣੇ ਦਾਸਾਂ ਨੇ ਅਟੁੱਟ ਤੋੜ ਮੁਕਣ ਤੋਂ ਰਹਿਤ ਵਾਹਿਗੁਰੂ ਦਾ ਨਾਮ ਰੂਪੀ ਧਨ ਪਾਉਣਾ ਕੀਤਾ ਏ ਹਰ ਨਾਮ ਹਰ ਤਨ ਮਾਲ ਲੋਕਿ ਹਰੇਕ ਨਾਮਾ ਜੋ ਹਰੀ ਪਰਮੇਸ਼ਰ ਦਾ ਨਾਮ ਰੂਪੀ ਧਾਨੀ ਸਾਡਾ ਹੱਥੀ ਘੋੜੇ ਆਦ ਕਮਾਲ ਮਾਲ ਕਹਿੰਦੇ ਨੇ ਜਿਵੇਂ ਨਗਰਾਂ ਵਿੱਚ ਹਾਥੀ ਘੋੜੇ ਜਾਂ ਹੁਣ ਦੇ ਸਮੇਂ ਦੇ ਭਾਵਰਥ ਲੈ ਲਓ ਵੀ ਮੋਟਰ ਗੱਡੀਆਂ ਇੱਥੇ ਆਦਿਕ ਜਿਹੜੇ ਸਾਧਨ ਹੁੰਦੇ ਨਾ ਇਹ ਮਾਲ ਚ ਆ ਜਾਂਦੇ ਨੇ ਸਭ ਧਨ ਸਭ ਮਾਲ ਸਾਡਾ ਹਰੀ ਦਾ ਨਾਮ ਹੀ ਐ ਹੁਣ ਪੌੜੀ ਹਾਰ ਤੂੰ ਵੱਡ ਵੱਡੇ ਵੱਡੇ ਵੱਡ ਉੱਚੇ ਜਦਾਂ ਕਹਿੰਦੇ ਨੇ ਵੀ ਚੱਲ ਅਤੇ ਅਚਲ ਜਾਏ ਦਾ ਇਹ ਦੋ ਲਫ਼ਜ਼ ਵਰਤੇ ਜਾਂਦੇ ਐ ਸਾਹਿਬ ਕਹਿੰਦੇ ਸਾਡੇ ਲਈ ਚੱਲ ਅਤੇ ਅਚਲ ਜਾਇਦਾਦ ਵਾਹਿਗੁਰੂ ਦਾ ਨਾਮ ਹੀ ਹੈ ਹਰ ਤੂੰ ਵੱਡ ਵਡੇ ਵਡੇ ਵੱਡ ਉੱਚੇ ਚੌਥੇ ਪਾਤਸ਼ਾਹ ਕਹਿੰਦੇ ਹਰ ਹੇ ਮਹਾਰਾਜ ਤੂੰ ਵੱਡ ਵਡੇ ਵਡੇ ਵੱਡ ਉੱਚੇ ਪਿਛਲੇ ਯੁਗ ਵਿੱਚ ਵੀ ਮਹਾਰਾਜ ਤੁਸੀਂ ਵੱਡੇ ਸੀ ਉਤੋਂ ਫਿਰ ਪਿਛਲੇ ਯੁਗ ਵਿੱਚ ਵੀ ਵੱਡੇ ਸੀ ਉਹ ਤਾਂ ਵੀ ਪਿਛਲੇ ਯੁੱਗ ਦੇ ਵਿੱਚ ਮਹਾਰਾਜ ਸਾਰਿਆਂ ਤੋਂ ਵੱਡੇ ਉੱਚੇ ਸੀ ਤੇ ਵੱਡ ਊੱਚੇ ਹੁਣ ਵਰਤਮਾਨ ਦੇ ਵਿੱਚ ਭਾਵੇਂ ਸੱਜੁਗ ਦੁਆਪਰ ਤ੍ਰੇਤਾ ਕਲਯੁਗ ਆਦਿਕ ਇਹ ਚਾਰ ਵਰਾਂ ਵੱਡ ਵੱਡੇ ਵੱਡੇ ਵੱਡ ਊੱਚੇ ਆਇਆ ਹੈ ਵੀ ਚੌਵਾਂ ਯੁੱਗਾ ਦੇ ਵਿੱਚ ਤੁਸੀਂ ਵੱਡਿਆਂ ਤੋਂ ਵੱਡੇ ਤੇ ਮਹਾਰਾਜ ਸਾਹਿਬ ਜੀ ਉੱਚਿਆਂ ਦੇ ਉੱਚੇ ਹੋ ਸਭ ਉੱਪਰ ਵੱਡੇ ਵਡਾਉਣਾ ਸਭ ਉੱਪਰ ਆ ਜਿਵੇਂ ਸਾਰਿਆਂ ਤੋਂ ਉੱਪਰ ਪਰੋ ਤੁਹਾਡੇ ਤੋਂ ਉੱਤੇ ਮਹਾਰਾਜ ਕੋਈ ਨਹੀਂ ਐ ਥੱਲੇ ਅਨੇਕਾਂ ਤੁਰੇ ਫਿਰਦੇ ਐ ਵੱਡੇ ਵਡਾਉਣਾ ਆਪਣੇ ਆਪ ਨੂੰ ਵੱਡਿਆਂ ਤੋਂ ਵਡਾਉਣਾ ਵੱਡੇ ਖਵਾਉਣ ਵਾਲੇ ਕੋਈ ਬ੍ਰਹਮਾ ਸ਼ਿਵ ਜੀ ਮਹੇਸ਼ ਦੇਵਤੇ ਸ਼ਕਤੀਆਂ ਕਈ ਤੁਰੇ ਫਿਰਦੇ ਨੇ ਪਰ ਉਹ ਵੱਡਿਆਂ ਤੋਂ ਵੱਡੇ ਜਿਹੜੇ ਨੇ ਉਹਨਾਂ ਨਾਲੋਂ ਤੁਸੀਂ ਮਹਾਰਾਜ ਵੱਡੇ ਉਹਦੇ ਸਾਰਿਆਂ ਤੋਂ ਉੱਪਰ ਸ਼ਰੋਮਣੀਓ ਅਖੀਰ ਗੱਲ ਤੁਹਾਡੀ ਹੋਈ ਚੱਲਦੀ ਐ ਜੋ ਧਿਆਵਹਿ ਹਰ ਅਪਰੰਪਰ ਹਰ ਹਰ ਇਹ ਅਪਰੰਪਰ ਹੁੰਦਾ ਵੀ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਤ ਭਾਵ ਕੁਦਰਤ ਕਰਕੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਪਹਿਲੀ ਗੱਲ ਕੁਦਰਤ ਦਾ ਅੰਤ ਹੀ ਨਹੀਂ ਕਿਸੇ ਨੇ ਹਲਾ ਤੱਕ ਲੱਦਾ ਪਰ ਜੇ ਕੋਈ ਲੱਭ ਲਵੇ ਪਰ ਮਹਾਰਾਜ ਕੁਦਰਤ ਦੁਆਰਾ ਤੇਰਾ ਅੰਤ ਨਹੀਂ ਕੋਈ ਪਾ ਸਕਦਾ ਤੂੰ ਇਸ ਕਰਕੇ ਅਪਰੰਪਰ ਹੈ ਤੇ ਮਹਾਰਾਜ ਜੀਓ ਤੂੰ ਹਾਰੇ ਹਾਰੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਾਪਾਂ ਦਾ ਹਰਕ ਐ ਹਰ ਤੂੰ ਜੋ ਧਿਆਵ ਹੈ ਹਰ ਤੇ ਜਿਹੜੇ ਮਹਾਰਾਜ ਤੇਨੂੰ ਪਾਤਸ਼ਾਹ ਜੀ ਮਨ ਕਰਕੇ ਬਾਣੀ ਕਰਕੇ ਸਰੀਰ ਦੇ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ 'ਚ ਉੱਤੇ ਆਉਂਦੇ ਤੇਰਾ ਸਿਮਰਨ ਕਰਦੇ ਹਨ ਹਰ ਧਿਆਏ ਹਰੇ ਤੇ ਹੋਣਾ ਹਰ ਧਿਆਏ ਹੈ ਮਹਾਰਾਜ ਉਹ ਜਿਹੜੇ ਤੈਨੂੰ ਧਿਆਏ ਤੇਉਣ ਵਾਲੇ ਨੇ ਹਰੇ ਤੇ ਹੋਣਾ ਉਹ ਹਰੇ ਹੋ ਜਾਂਦੇ ਨੇ ਸ਼ੁਭ ਗੁਣਾਂ ਦੇ ਸਹਿਦ ਹੋਣਾਂ ਤੋਂ ਭਾਵ ਹੋ ਜਾਂਦੇ ਨੇ ਹਰੇ ਸਤ ਸੰਤੋਖ ਦਇਆ ਧਰਮਿਆਦਕ ਗੁਣਾਂ ਨਾਲ ਜਾਂ ਹਰ ਤੇ ਆਏ ਹੈ ਮਹਾਰਾਜ ਜੇ ਨੂੰ ਪ੍ਰੇਮ ਨੂੰ ਜਿਹੜੇ ਪ੍ਰੇਮ ਨਾਲ ਧਿਆਉਂਦੇ ਸਿਮਰਦੇ ਨੇ ਹਰੇ ਹੈ ਮਹਾਰਾਜੀ ਤੇ ਹੋਣਾ ਉਹ ਤੇਰਾ ਹੀ ਰੂਪ ਹੋ ਜਾਂਦੇ ਹਨ ਹਰੀ ਪਾਤਸ਼ਾ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਤੇ ਸਾਡੇ ਮਾਲਕ ਸੁਆਮੀ ਜਿਹੜਾ ਵੀ ਤੇਰੇ ਜਸ ਨੂੰ ਸ਼ਰਧਾ ਭਾਵਨਾ ਨਾਲ ਗਾਵੇਗਾ ਜਿਹੜਾ ਵੀ ਤੁਹਾਡੇ ਮਹਾਰਾਜ ਜੀ ਉਹ ਜਸ ਨੂੰ ਸੁਣਦਾ ਹੈ ਤੁਹਾਡੀ ਕੀਰਤੀ ਕਰਦੇ ਜਾਂ ਸੁਣਦੇ ਹਨ ਜੋ ਤਿੰਨ ਕਾਟੇ ਪਾਪ ਕਟੋਨਾ ਤਿੰਨ ਕਾਟੇ ਪਾਪ ਉਹਨਾਂ ਦੇ ਮਹਾਰਾਜ ਤੁਸੀਂ ਕਟੋਨਾ ਦਾ 1 ਕਰਸ ਕਰੋੜਾਂ ਵੀ ਕਰਦੇ ਆ ਪੀ ਉਹਨਾਂ ਦੇ ਕਟੋਨਾ ਕਰੋੜਾਂ ਹੀ ਪਿਛਲੇ ਪਾਪ ਜਿਹੜੇ ਨੇ ਗੁਨਾਹ ਉਹ ਕੱਟ ਦਿੱਤੇ ਮਾਫ਼ ਕਰ ਦਿੱਤੇ ਨੇ ਜਾਂ ਕਟੋਨਾ ਅਰਸ ਕਰਦੇ ਵੀ ਕੱਟਣ ਵਾਲੇ ਹੋ ਕੇ ਉਹਨਾਂ ਦੇ ਸਾਰੇ ਹੀ ਆਪ ਜੀ ਨੇ ਪਾਪ ਕੱਟ ਤੇ ਦੂਰ ਕਰ ਦਿੱਤੇ ਹਨ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਪਾਤਸ਼ਾਹ ਜੀ ਕਹਿੰਦੇ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਹੇ ਮਹਾਰਾਜ ਜੋ ਮਨੁੱਖ ਆਪਣੀ ਮੱਤ ਦੇ ਵਿੱਚ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ ਵਿਸਾ ਕੇ ਚੱਲਦੇ ਨੇ ਜੀਵਨ ਵਿੱਚ ਤੁਮ ਜੈਸੇ ਜਿਹੋ ਜਹਾ ਮਹਾਰਾਜ ਤੂੰ ਐ ਨਾ ਸਤ ਚਿੱਤ ਆਨੰਦ ਸਰੂਪ ਸਦਾ ਰਹਿਣ ਵਾਲਾ ਹਰ ਪੁਰਖ ਜਾਣੇ ਹੇ ਮਹਾਰਾਜ ਹਰੀ ਪਾਤਸ਼ਾਹ ਉਹ ਪੁਰਖ ਵੀ ਅਸੀਂ ਤੇਰੇ ਵਰਗੇ ਹੀ ਜਾਣੇ ਨੇ ਭਾਬ ਜਿਹੋ ਜਹਾ ਤੂੰ ਸਦੀਵ ਕਾਲ ਹੈ ਤੇਰਾ ਹੀ ਸਰੂਪ ਹੋਣ ਕਰਕੇ ਗੁਰਮਤੀਆਂ ਨੇ ਉਹ ਤੇਰਾ ਹੀ ਰੂਪ ਕਰਕੇ ਜਾਣੇ ਹਨ ਹਰ ਹਰ ਜਨ ਦੋਈ ਏਕ ਹੈ ਇੱਕ ਰੂਪ ਕਰਕੇ ਜਾਣੇ ਨੇ ਵੀ ਤੁਮ ਜੈਸੇ ਜਿਹੋ ਜਾਂ ਤੂੰ ਹੈ ਹਰ ਪੁਰਖ ਜਾਣੇ ਉਹ ਜੇ ਹਰੀ ਪਾਤਸ਼ਾਹ ਉਹ ਗੁਰਮੁਖ ਜਾਣੇ ਨੇ ਮਤ ਗੁਰਮਤ ਜਿਹੜੇ ਆਪਣੀ ਮਤ ਵਿੱਚ ਗੁਰੂ ਦੀ ਸਿੱਖਿਆ ਧਾਰਨ ਕਰਦੇ ਹਨ ਮੁਖ ਵੱਡ ਵੱਡ ਭਾਗ ਵਡੋਣਾ ਤੇ ਫਿਰ ਮਹਾਰਾਜ ਜੀ ਕਹਿੰਦੇ ਵੀ ਉਹ ਇਸ ਕਰਕੇ ਨਾ ਇਸ ਲੋਕ ਵਿੱਚ ਮੁਖ ਮੁਖੀ ਹਨ ਤੇ ਵੱਡ ਵੱਡ ਭਾਗ ਵਡੋਣਾ ਲੋਕ ਪਰਲੋਕ ਵਿੱਚ ਉਹ ਵੱਡਿਆਂ ਤੋਂ ਵੱਡੇ ਭਾਗਾਂ ਕਰਮਾਂ ਵਾਲੇ ਵੱਡੇਆਂ ਤੋਂ ਵੀ ਵੱਡੋ ਨਾ ਵੱਡੇ ਉਤਮ ਹਨ ਸਭ ਧਿਆਵ ਹਵਾਦ ਸਤੇ ਜੁਗਾਦ ਸਤੇ ਪ੍ਰਤੱਖ ਸਤੇ ਸਦਾ ਸਦਾ ਸਤੇ ਪਾਦਸ਼ਾਹ ਜੀ ਕਹਿੰਦੇ ਸਭ ਧਿਆਵ ਹੋ ਭਾਈ ਸਾਰੇ ਉਸ ਪਰਮੇਸ਼ਰ ਨੂੰ ਧਿਆਉਣਾ ਕਰੋ ਕਿਨੂੰ ਆਦ ਸਤੇ ਜਿਹੜਾ ਆਦ ਮੋਢਵੇ ਜਦੋਂ ਜਗਤ ਦੀ ਉਤਪਤੀ ਨਹੀਂ ਸੀ ਹੋਈ ਜੁਗ ਨਹੀਂ ਸੀ ਬਣੇ ਉਦੋਂ ਵੀ ਜਿਹੜਾ ਸਤ ਸਰੂਪ ਸੀ ਫਿਰ ਜੁਗਾਦ ਸਤੇ ਜਦੋਂ ਜੋਗ ਕੇ ਆਦਿਕ ਬਣ ਗਏ ਜਿਹੜਾ ਉਦੋਂ ਵੀ ਉਹ ਵਾਹਿਗੁਰੂ ਸਤ ਸਰੂਪ ਸੱਚਾ ਕਾਇਮ ਦਾਇਮ ਸੀ ਪਰ ਤਖ ਸਤੇ ਪਰ ਤਖ ਜਿੱਦਾਂ ਹੁਣ ਹੈ ਭੀ ਹੁਣ ਵਾਲਾ ਸਮਾਜੋ ਐ ਇਹਦੇ ਵਿੱਚ ਵੀ ਜਿਹੜਾ ਵਾਹਿਗੁਰੂ ਸਤ ਸਰੂਪ ਹੈ ਸਦਾ ਸਦਾ ਸਤੇ ਜਿਹੜਾ ਸਦੀਵ ਕਾਲ ਸਦੀਵ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਤੇ ਸੱਚ ਸਰੂਪ ਰਹੇਗਾ ਇਸੇ ਸ਼ਬਦ ਦੀ ਇਸ ਤੋਕ ਦੀ ਵਿਆਖਿਆ ਇਵੇਂ ਵੀ ਹੋ ਸਕਦੀ ਆ ਵੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਇਹ ਮੰਨੋ ਇਹ ਤੁਕ ਦੀ ਵਿਆਖਿਆ ਵੀ ਉਹਦਾ ਸਿਮਰਨ ਕਰੋ ਜਨ ਨਾਨਕ ਦਾਸ ਦਸੋਨਾ ਤੇ ਚੌਥੇ ਪਾਤਸ਼ਾਹ ਕਹਿੰਦੇ ਵੀ ਮੈਂ ਜਨ ਦਾਸ ਉਸ ਵਾਹਿਗੁਰੂ ਦੇ ਜਿਹੜੇ ਦਾਸ ਸੇਵਕ ਨੇ ਉਹਨਾਂ ਦਾ ਵੀ ਦਸੋਨਾ ਆਪਣੇ ਆਪ ਨੂੰ ਸੇਵਕ ਸੁਦਾਉਂਦਾ ਕਹਾਉਂਦਾ ਹਾਂ ਸਲੋਕ ਮਹਲਾ 4 ਚੌਥਾ ਹਮਰੇ ਜਗ ਜੀਵਨ ਚੌਥੇ ਪਾਤਸ਼ਾਹ ਜੀ ਕਹਿੰਦੇ ਵੀ ਜੋ ਹਮਰੇ ਸਾਡੇ ਰੱਖਿਆ ਕਰਨ ਵਾਲੇ ਜਗ ਜੀਵਨ ਜਗਤ ਦੇ ਜੀਵਨ ਸਰੂਪ ਹਰੀ ਪਰਮੇਸ਼ਰ ਜੀ ਨੇ ਹਰ ਜਪਿਓ ਹਰ ਗੁਰਮੰਤ ਅਸੀਂ ਉਸ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੇ ਮੰਤਰ ਸਿੱਖਿਆ ਉਪਦੇਸ਼ ਦੁਆਰਾ ਦਿਲ ਦੀਆਂ ਗਹਿਰਾਈਆਂ ਚੋਂ ਜਪਿਆ ਸਿਮਰਿਆ ਏ ਹਰ ਅਗਮ ਅਗੋਚਰ ਅਗਮ ਹਰ ਅਗਮ ਅਗੋਚਰ ਅਗਮ ਹਰ ਹਰ ਅਗਮ ਅਗੋਚਰ ਅਗਮ ਹਰ ਜੋ ਹਰ ਪਰਮੇਸ਼ਰ ਸ਼ਾਸਤਰਾਂ ਕਰਕੇ ਵੀ ਅਗਮ ਅਗਮ ਹੈ ਜਿਸ ਤੋਂ ਤਾਈ ਇਹਨਾਂ ਦੀ ਪਹੁੰਚ ਨਹੀਂ ਹੈ ਆਪਣੀ ਛੇ ਸ਼ਾਸਤਰ ਨੇ ਅਦੇ ਫਿਰ ਅਗੋਚਰ ਸਾਡੇ ਇੰਦਰੀਆਂ ਦੇ ਅਵਿਸ਼ੇ ਆ ਇੰਦਰੀਆਂ ਦੀ ਪਹੁੰਚ ਨਹੀਂ ਹੈ ਅਦੇ ਅਗਮ ਹਰ ਜੋ ਸਾਡੇ ਮਨ ਦੇ ਸੰਕਲਪ ਵਿਕਲਪ ਖਿਆਲਾਂ ਦੀ ਗਮਤਾ ਤੋਂ ਵੀ ਪਰੇ ਹਰੀ ਪਰਮੇਸ਼ਰ ਹੈ ਹਰ ਮਿਲਿਆ ਆਇਆ ਚਿੰਤ ਉਹ ਹਰ ਪਰਮੇਸ਼ਰ ਅਚਿੰਤ ਅਚਨ ਛੇਤ ਅਚਾਨਕ ਹੀ ਮਹਾਰਾਜ ਕਹਿੰਦੇ ਨਾਮ ਜਪਦਿਆਂ ਗੁਰਾਂ ਦੀ ਕਿਰਪਾ ਦੁਆਰਾ ਸਾਨੂੰ ਆ ਕੇ ਮਿਲਿਆ ਮਿਲ ਗਿਆ ਹੈ ਜਿਹਦੇ ਬਾਰੇ ਸੋਚ ਵਿਚਾਰ ਵੀ ਨਹੀਂ ਸੀ ਸਕਦੇ ਵੀ ਕੈਸਾ ਉਹ ਹਿਰਦੇ ਚ ਵਸ ਗਿਆ ਏ ਹਰ ਆਪੇ ਘਟ ਘਟ ਵਰਤਦਾ ਦੇਵ ਭੁਜੇ ਵੀ ਉਹ ਰੱਬ ਰਹਿੰਦਾ ਕਿੱਥੇ ਹੈ ਕਹਿੰਦੇ ਵੀ ਹਰ ਪਰਮੇਸ਼ਰ ਆਪੇ ਆਪ ਹੀ ਨਾ ਘਟ ਘਟ ਅੰਡਜ ਜੇਰੇ ਜੇ ਸੇਤ ਉਹ ਤ ਪੰਜਵਾਂ ਖਾਣੀਆਂ ਦੇ ਜੀਵਾਂ ਦੇ ਘਟਾ ਘੜਾਂ ਵਿੱਚ ਵਰਤਦਾ ਵਰਤ ਰਿਹਾ ਏ ਹਰ ਆਪੇ ਆਪ ਬੇਅੰਤ ਤੇ ਹਰੀ ਪਰਮੇਸ਼ਰ ਆਪੇ ਆਪਣਾ ਆ ਵੀ ਨਿਰਗੁਣ ਸਰੂਪ ਹੋਣ ਕਰਕੇ ਬੇਅੰਤ ਅੰਤ ਤੋਂ ਰਹਤ ਆਪੇ ਆਪ ਵੀ ਵਾਹਿਗੁਰੂ ਬੇਅੰਤ ਅੰਤ ਰਹਿਤ ਸਰੂਪ ਹੈ ਉਹਦਾ ਅੰਤ ਕੋਈ ਨਹੀਂ ਹੈ ਹਰ ਆਪੇ ਸਭ ਰਸ ਭੋਗਦਾ ਉਹ ਹਰੀ ਪਰਮੇਸ਼ਰ ਆ ਵੀ ਸਾਰਿਆਂ ਰਸਾਂ ਨੂੰ ਭੋਗਣ ਵਾਲਾ ਹੈ ਯਾ ਹਰ ਆਪੇ ਸਭ ਰਸ ਸਾਰੇ ਜਿਹੜੇ ਰਸ ਨੇ ਨਾ ਪਦਾਰਥਾਂ ਦੇ ਉਹ ਰਸ ਰੂਪ ਵੀ ਵਾਹਿਗੁਰੂ ਆਪ ਹੈ ਭੋਗਦਾ ਅਤੇ ਉਹਨਾਂ ਰਸਾਂ ਨੂੰ ਭੋਗਣ ਵਾਲਾ ਹੋ ਕੇ ਉਹ ਵਾਹਿਗੁਰੂ ਆਪ ਹੀ ਸਾਰੇ ਰਸ ਭੋਗ ਰਿਹਾ ਹੈ ਹਰ ਆਪੇ ਕਬਲਾ ਕੰਤ ਹਰੀ ਵਾਹਿਗੁਰੂ ਆਪੇ ਆਪ ਹੀ ਕਬਲਾ ਕਹਿੰਦੇ ਨੇ ਸਾਧ ਸੰਗਤ ਲక్ష్ਮੀ ਨੂੰ ਕੰਤ ਕਹਿੰਦੇ ਨੇ ਪਤੀ ਨੂੰ ਵੀ ਆਪ ਹੀ ਉਹ ਕਬਲਾ ਲక్ష్ਮੀ ਦਾ ਕੰਤ ਪਤੀ ਰੂਪ ਹੈ ਪਾਉ ਮਾਇਆ ਦੇ ਸਵਲ ਹੋ ਕੇ ਜਗਤ ਦੀ ਰਚਨਾ ਕਰਨ ਵਾਲਾ ਏ ਹਰ ਆਪੇ ਭਿਖਿਆ ਪਾਏ ਦਾ ਹਰੀ ਪਰਮੇਸ਼ਰ ਆ ਵੀ ਸਾਰੇ ਜੀਵਾਂ ਨੂੰ ਖਾਣ ਪਾਣ ਆਦਿਕ ਦੀ ਭਿਖਿਆ ਖੈਰ ਪਾਉਂਦਾ ਏ ਜਿਹੜੇ ਅਧਿਕਾਰੀ ਹੁੰਦੇ ਉਹਨਾਂ ਦੇ ਹਿਰਦੇ 'ਚ ਨਾਮ ਦੀ ਖੈਰ ਪਾਉਂਦਾ ਏ ਸਭ ਸਿਸ਼ਟ ਉਪਾਈ ਜੀ ਅਜੰਤ ਸਭ ਸਿਸ਼ਟ ਉਪਾਈ ਜੀ ਅਜੰਤ ਵਾਹਿਗੁਰੂ ਨੇ ਆ ਵੀ ਜੀ ਅਸੂਲ ਜੀਵ ਤੇ ਜੰਤ ਸੂਖਮ ਜੀਵ ਇਨਾਂ ਦੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਭਾਵ ਕੇ ਕੀੜੀ ਤੋਂ ਲੈ ਕੇ ਹਾਥੀ ਚਿਕਰ ਦਿਖਦੇ ਆਣ ਦਿਖਦੇ ਸਭ ਜੀ ਜੰਤ ਉਸ ਮਾਲਕ ਨੇ ਬਣਾਏ ਹਨ ਹਰ ਦੇਵਹੁ ਦਾਨ ਦਿਆਲ ਪ੍ਰਭ اے ਦਿਆਲ ਦਇਆ ਦੇ ਹਾਲੇ ਘਰ ਪ੍ਰਭ ਸਮਰਾਤ ਸਰਬ ਸ਼ਕਤੀਆਂ ਦੇ ਮਾਲਕ ਹਰ ਪਰਮੇਸ਼ਰ ਸਾਨੂੰ ਵੀ ਆਪਣਾ ਅਮਰਤ ਦਾ ਨਾਮ ਦਾ ਦਾਨ ਦੇਣਾ ਕਰੋ ਨਾਮ ਬਖਸ਼ ਦਿਓ ਦਾਨ ਉਹ ਚੀਜ਼ ਜਾਂ ਹੁੰਦਾ ਜਿਹਦਾ ਮੁੱਲ ਨਾ ਤਾਰ ਸਕੀਏ ਕਈ ਜੀਵਾਂ ਦੇ ਮੁੱਲ ਲੈ ਲਈ ਦੀਆਂ ਹੈ ਪਰ ਮਹਾਰਾਜ ਅਸੀਂ ਮੁੱਲ ਦੇ ਨਹੀਂ ਸਕਦੇ ਆਪਣਾ ਨਾਮ ਦਾ ਨਹੀਂ ਕਰਦੇਓ ਸਾਨੂੰ ਹਰ ਮੰਗਹਿ ਹਰ ਜਨ ਸੰਤ ਤੇ ਹਰੀ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਨਾਮ ਨੂੰ ਤੇਰੇ ਸੰਤ ਜਨ ਹਰ ਵਕਤ ਹੀ ਜਪਣਾ ਤੇਰੇ ਕੋਲੋਂ ਮੰਗਦੇ ਰਹਿੰਦੇ ਹਨ ਜਨ ਨਾਨਕ ਕੇ ਪ੍ਰਭ ਆਏ ਮਿਲ ਚੌਥੇ ਪਾਤਸ਼ਾਹ ਕਹਿੰਦੇ ਹੈ ਸਾਡੇ ਜਨ ਦਾਸਾਂ ਦੇ ਪਿਆਰੇ ਪਰਮੇਸ਼ਰ ਜੀ ਸਾਨੂੰ ਹੁਣ ਇਹ ਮਨੁੱਖਾ ਜਨਮ ਬਖਸ਼ਿਆ ਏ ਆਏ ਮਿਲ ਇਹਦੇ ਵਿੱਚ ਆ ਕੇ ਮਿਲਣਾ ਕਰੋ ਹਮ ਗਾਵੇ ਹਰ ਗੁਣ ਸ਼ੰਤ ਹਰੀ ਮਹਾਰਾਜ ਹਮ ਅਸੀਂ ਆਪ ਜੀ ਦੇ ਗੁਣ ਜਿਹੜੇ ਨੇ ਉਹ ਸ਼ੰਤ ਕੀਏ ਸ਼ੰਦ ਬਣਾ ਕੇ ਕਵਤਾਵਾਂ ਬਣਾ ਕੇ ਭਾਵ ਕੀਰਤਨ ਰੂਪ ਦੇ ਵਿੱਚ ਜਾਂ ਸ਼ੰਤ ਰਾਗ ਵੀ ਕਹਿੰਦੇ ਨੇ ਸ਼ੰਤ ਜਸ ਨੂੰ ਵੀ ਕਹਿੰਦੇ ਨੇ ਹਮ ਗਾਵੇ ਹਰ ਗੁਣ ਸ਼ੰਤ ਹਰੀ ਮਹਾਰਾਜ ਆਪ ਜੀ ਦੇ ਸ਼ੰਤ ਆਪ ਜੀ ਦੀਆਂ ਕਮਤਾਵਾਂ ਆਪ ਜੀ ਦੇ ਜਸ ਸਾਹਿਬ ਜੀ ਦੇ ਗੁਣਾਂ ਨੂੰ ਅਸੀਂ ਗਾਉਣਾ ਕਰੀਏ ਕਿਰਪਾ ਕਰੋ ਮਨ ਬਾਣੀ ਸਰੀਰ ਕਰਕੇ ਗਾਉਂਦੇ ਰਹੀਏ ਮਹਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਪਾਤਸ਼ਾਹ ਕਹਿੰਦੇ ਹਰੀ ਪਰਮੇਸ਼ਰ ਸਾਡਾ ਸੱਜਣ ਹੈ ਤੇ ਉਹਦਾ ਨਾਮ ਸਾਡਾ ਸੱਜਣ ਸਹਾਇਕ ਹੈ ਲੋਕ ਪਰਲੋਕ ਦਾ ਮੈਂ ਮਨ ਤਨ ਨਾਮ ਸਰੀਰ ਮੈਂ ਮੇਰੇ ਮਨ ਵਿੱਚ ਵੀ ਤਨ ਵਿੱਚ ਵੀ ਭਾਵ ਰੋਮ ਰੋਮ ਕਰਕੇ ਵਾਹਿਗੁਰੂ ਦਾ ਨਾਮ ਹੀ ਸਰੀਰ ਦੇ ਵਿੱਚ ਵਸਿਆ ਹੋਇਆ ਹੈ ਸਭ ਆਸਾ ਗੁਰਮੁਖ ਪੂਰੀਆ ਜਦੋਂ ਅਸੀਂ ਗੁਰੂ ਮਹਾਰਾਜ ਨੂੰ ਮੁਖ ਰੱਖਿਆ ਗੁਰਮੁਖ ਬਣੇ ਸਾਡੀਆਂ ਸਾਰੀਆਂ ਹੀ ਗੁਰਾਂ ਦੀ ਸੰਗਤ ਨੇ ਆਸਾ ਮੁਰਾਦਾਂ ਪੂਰਨ ਕਰ ਦਿੱਤੀਆਂ ਨੇ ਜਨ ਨਾਨਕ ਸੁਣ ਹਰ ਧੀਰ ਤੇ ਸਾਹਿਬ ਜੀ ਕਹਿੰਦੇ ਹੁਣ ਜਨ ਦਾਸਾਂ ਦਾ ਸਾਡਾ ਚਿਤ ਹਰੀ ਦੇ ਨਾਮ ਨੂੰ ਸੁਣ ਕੇ ਗੁਰਾਂ ਦੁਆਰਾ ਉਹ ਧੀਰ ਧੀਰਜ ਦਾ ਦੇ ਸਹਿਤ ਹੋ ਗਿਆ ਹੁਣ ਮਨ ਡੋਲਦਾ ਨਹੀਂ ਐ ਵਿਸ਼ੇ ਵਕਾਰਾਂ ਦੇ ਵਿੱਚ। ਔੜੀ ਹਰ ਊਤਮ ਹਰਿਆ ਨਾਮ ਹੈ। ਹਰ ਊਤਮ ਹਰਿਆ ਨਾਮ ਹੈ। ਚੌਥੇ ਪਾਤਸ਼ਾਹ ਕਹਿੰਦੇ ਵੀ ਜੋ ਊਤਮ ਹਰੀ ਪਰਮੇਸ਼ਰ ਐ ਨਾ ਉਹ ਸਭ ਤੋਂ ਉਤਮ ਸਰੇਸ਼ਟ ਹੈ। ਹਰਿਆ ਨਾਮ ਹੈ ਤੇ ਉਹਦਾ ਜਿਹੜਾ ਨਾਮ ਐ ਉਤਮ ਪਰਮੇਸ਼ਰ ਦਾ ਕੋਈ ਸਹਿਬ ਜੀ ਕਹਿੰਦੇ ਵੀ ਉਤਮ ਸ੍ਰੇਸ਼ਟ ਹੈ ਸੁਭ ਗੁਣਾ ਦੇ ਨਾਲ ਹਰਿਆ ਭਰਿਆ ਕਰਨ ਵਾਲਾ ਹੈ ਜੀਵਾਂ ਦੇ ਤਾਈ ਹਰ ਪੁਰਖ ਨਿਰੰਜਨ ਮੌਲਾ ਉਹ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸੁੱਧ ਸਰੂਪ ਜੋ ਹਰੀ ਪਰਮੇਸ਼ਰ ਪੁਰਖ ਜੋ ਪੂਰਨ ਹੈ ਉਹੀ ਮੌਲਾ ਸਾਰਿਆਂ ਵਿੱਚ ਮੌਲਾ ਮਿਲਿਆ ਹੋਇਆ ਪ੍ਰਫੁੱਲਤ ਹੋ ਰਿਹਾ ਹੈ ਜੋ ਜਪਦੇ ਹਰ ਹਰ ਦਿਨ ਸਰਾਤ ਜਿਹੜੇ ਦਿਨ ਰਾਤ ਇੱਕ ਕਰ ਦਿੰਦੇ ਨੇ ਤੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਤਿੰਨ ਸੇਵੇ ਚਰਨ ਨਿਤ ਕੌਲਾ ਉਹਨਾਂ ਦੇ ਚਰਨਾਂ ਨੂੰ ਕੌਲਾ ਲక్ష్ਮੀ ਵੀ ਹਮੇਸ਼ਾ ਹੀ ਸੇਵੇ ਸੇਵਨ ਕਰਦੀ ਆ ਹੁੰਦਾ ਹੈ ਨਾ ਸਾਧ ਸੰਗਤ ਲక్ష్ਮੀ ਪੂਜਣ ਦਿਹਾੜਾ ਤੇ ਉਹਨੂੰ ਮਾਇਆ ਧਾਰੀ ਬਹੁਤ ਭਾਵਨਾ ਨਾਲ ਪੂਜਦੇ ਨੇ ਪਰ ਇੱਥੇ ਗੱਲ ਲੁੱਟੀ ਹੋ ਜਾਂਦੀ ਜੇ ਹਰੀ ਦਾ ਸਿਮਰਨ ਕਰੀਏ ਜੇ ਸੁਲਕਸ਼ਮੀ ਦਾ ਪੂਜਣ ਜੇ ਸੁਲਕਸ਼ਮੀ ਦੀ ਸੇਵਾ ਜਗਤ ਦੇ ਬਹੁ ਗਿਣਤੀ ਦੇ ਲੋਕ ਕਰਦੇ ਨੇ ਉਹ ਕੌਲਾ ਉਹ ਲక్ష్ਮੀ ਦਾਸੀ ਬਣ ਕੇ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ ਵੀ ਇਹ ਮੈਨੂੰ ਕਿਦੇ ਪ੍ਰਵਾਨ ਕਰ ਦੇਣਗੇ ਵਾਹਿਗੁਰੂ ਦੇ ਦਰ ਤੇ ਨਿਤਸਾਰ ਸੰਭਾਲੇ ਸਭ ਜੀ ਇਹ ਇਹ ਇਹਦੇ ਉੱਤੇ ਨਾ ਭਾਈ ਸੰਤੋਖ ਸਿੰਘ ਜੀ ਨੇ ਇੱਕ ਦਿਸਤਾਨ ਦਿੱਤਾ ਵੀ ਜਿਵੇਂ ਸੂਰਜ ਵੱਲ ਪੇਠ ਕਰਕੇ ਤੇ ਪਰਛਾਵੇਂ ਦੇ ਪਿੱਛੇ ਦੌੜੀਏ ਪਰਛਾਵਾ ਅੱਗੇ ਰਹਿੰਦਾ ਸੂਰਜ ਵੱਲ ਮੁੱਖ ਕਰਕੇ ਦੌੜੀਏ ਤੇ ਪਰਛਾਵਾ ਪਿੱਛੇ ਦੌੜਦਾ ਜਿੰਨਾ ਹੀ ਮਾਇਆ ਮਾਇਆ ਕਰਾਂਗੇ ਉਨਾ ਹੀ ਇਹ ਦੁਖੀ ਕਰਦੀ ਹੈ ਜਿੰਨਾ ਹਰ ਹਰ ਕਰਾਂਗੇ ਮਾਇਆ ਪਿੱਛੇ ਭੱਜੀ ਫਿਰਦੀ ਹੈ ਨਿਤਸਾਰ ਸੰਭਾਲੇ ਸਭ ਜੀਅ ਜੰਤ ਨਿਤਸਾਰ ਸੰਭਾਲੇ ਸਭ ਜੀਅ ਜੰਤੋ ਵਾਹਿਗੁਰੂ ਸਾਰੇ ਜੀਅ ਜੰਤ ਸੁਖ ਮਸੂਲ ਜੀਵਾਂ ਨੂੰ ਉਹਨਾਂ ਦੀ ਨੇਤਾ ਪ੍ਰਤੀ ਇਸ਼ਾਰ ਸੰਭਾਲੇ ਸਾਰ ਚੰਗੀ ਭਲੀ ਪ੍ਰਕਾਰ ਸੰਭਾਲ ਕਰਦਾ ਹੈ ਹਰ ਵਸੈ ਨਿਕਟ ਸਭ ਜੋਲਾ ਉਹ ਹਰੀ ਪਰਮੇਸ਼ਰ ਸਾਰਿਆਂ ਦੇ ਨਿਕਟ ਵਸਦਾ ਸਭ ਦੇ ਵਿੱਚ ਵਸਦਾ ਹੋਇਆ ਵੀ ਜੋਲਾ ਕਹਿੰਦੇ ਨੇ ਵੀ ਵੱਖਰਾ ਸੁਤੰਤਰ ਸਾਰਿਆਂ ਤੋਂ ਜੁਦਾ ਰਹਿੰਦਾ ਹੈ ਸਾਰਿਆਂ ਦੇ ਵਿੱਚ ਹੁੰਦਾ ਹੋਇਆ ਵੀ ਸੋ ਬੁਝੈ ਜਿਸ ਆਪ ਬੁਝਾਏ ਸੀ ਸੋ ਬੁਝੈ ਭਾਰਾ ਕਰਕੇ ਹੀ ਹੈ ਸਮਝਣ ਨਾਲ ਹੈ ਸੋ ਬੁਝੈ ਇਹ ਗੱਲ ਨੂੰ ਉਹੀ ਬੁਝੇ ਬੁੱਝਦਾ ਸਮਝਦਾ ਹੈ ਉਹਦੀ ਅਕਲ ਦੇ ਖਾਨੇ ਵਿੱਚ ਇਹ ਗੱਲ ਪੈਂਦੀ ਹੈ ਜਿਸ ਆਪ ਬੁਝਾਏ ਸੀ ਜਿਹਨੂੰ ਆਪ ਵਾਹਿਗੁਰੂ ਬੁਝਾਉਂਦਾ ਸਮਝਾਉਂਦਾ ਅਕਲ ਬਖਸ਼ਦਾ ਗੁਰਾਂ ਦੁਆਰਾ ਜਿਸ ਸਤਗੁਰ ਪੁਰਖ ਪ੍ਰਭ ਸੌਲਾ ਅਕਲ ਵੀ ਉਹਨੂੰ ਆਉਂਦੀ ਐ ਜਿਹਦੇ ਉੱਤੇ ਪਰਮੇਸ਼ਰ ਪ੍ਰਭ ਮਹਾਰਾਜ ਜੀ ਕਹਿੰਦੇ ਵੀ ਜਿਸ ਸਤਗੁਰ ਪੁਰਖ ਪ੍ਰਭ ਸੌਲਾ ਵੀ ਜਿਹਦੇ ਉੱਤੇ ਪਰਮੇਸ਼ਰ ਦਾ ਸਰੂਪ ਪੁਰਖ ਪੂਰਨ ਸੱਚੇ ਗੁਰੂ ਸਾਹਿਬ ਜੀ ਸੌਲਾ ਨਾਮ ਐ ਵੀ ਚੰਗੀ ਤਰ੍ਹਾਂ ਖੁਸ਼ ਹੁੰਦੇ ਨੇ ਜਿੱਤੇ ਮਹਾਰਾਜ ਕਿਰਪਾਲੂ ਹੁੰਦਾ ਹੈ ਉਹਨਾਂ ਨੂੰ ਅਕਲ ਦਿੰਦੇ ਨੇ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਸਹਿਬ ਕਹਿੰਦੇ ਆਓ ਭਾਈ ਸਾਰੇ ਹੀ ਮਨ ਕਰਕੇ ਵੀ ਗੋਵਿੰਦ ਪ੍ਰithvi ਦੇ ਰਖਿਆ ਕਰਨ ਵਾਲੇ ਹਰੇ ਹਰ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰੋ ਗੋਵਿੰਦ ਹਰੇ ਬਾਣੀ ਕਰਕੇ ਵੀ ਸ੍ਰਿਸ਼ਟੀ ਦੇ ਰਖੇਕ ਹਰੀ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰੋ ਗੋਵਿੰਦ ਹਰੇ ਸਰੀਰ ਕਰਕੇ ਰੋਮ ਰੋਮ ਦੁਆਰਾ ਗੋਵਿੰਦ ਪ੍ਰਿਥਵੀ ਦੇ ਰਖੇਕ ਹਰੀ ਪਰਮੇਸ਼ਰ ਦੇ ਗੁਣਾ ਨੂੰ ਜਪਣਾ ਕਰੋ ਗੁਣ ਗਾਵਤ ਗੁਣੀ ਸੋ ਮੌਲਾ ਕਿਉਂਕਿ ਗੁਣਾ ਦੇ ਗਾਵਤ ਗਾਉਣੇ ਕਰਕੇ ਗੁਣੀ ਪਰਮੇਸ਼ਰ ਵਿੱਚ ਹੀ ਸੋ ਮੌਲਾ ਸਮਾ ਜਾਓਗੇ ਰੱਬ ਵਿੱਚ ਲੀਨ ਹੋ ਜਾਈਦਾ ਜਦੋਂ ਆਖੀਦਾਏ ਦਿਲੋਂ ਵਾਹਿਗੁਰੂ 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 ਵਾਹਿ ਜਿ세 ਆਪ ਬੁਝਾਏ ਸੀ ਜਿਸ ਸਤਗੁਰੂ ਬੁਰਖ ਪ੍ਰਭ ਸੋਲਾ ਸਭ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸ ਮੌਲਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ